रेडियो पंजाब टुडे दे प्रोग्राम शमादान दे विच तुहाडा मुड़ तो स्वागत है जी। जो भी वीर कोई एडवरटीजमेंट देना चाहुंदा जी जां फिर तुसी प्रोग्राम स्पोंसर करना चाहुंदे हो, यूट्यूब दे उत्ते एडवरटीजमेंट देना चाहुंदे हो, साडे फेसबुक चैनल दे उत्ते एडवरटीजमेंट देना चाहुंदे हो, वैबसाइट दे उत्ते देना चाहुंदे हो, तां तुसी संपर्क कर सकदे हो +91 97 801 4174 97 801 4174। इस वक्त तुसीं रेडियो पंजाब टुडे दे बठिंडा स्टूडियो तो प्रोग्राम शमादान लाइव सुन रहे हो। सरदार जसबीर सिंह भट्टी होरी साडे नाल जुड़ गए ने। भट्टी साहब सत श्री अकाल जी। सत श्री अकाल जी। भट्टी साहब, सिख सियासत तो ही गल शुरू करदे हां। सो सब तो पहला गल करिए कि शहीदी दिवस मनाउण की जथा जाएगा जी पाकिस्तान? शहीदी जिहड़ा जथा पिछले 2-3 साल तो वैसे नहीं जा रहा जी। ऐतकी तां पाए कह लईए कुछ हालात ठीक नहीं, लेकिन पिछले 2-3 साल तो यह शहीदी जथा वैसे भी नहीं जा रहा मनाउण वास्ते। इह की गल जी? ਉਹਦਾ ਕਾਰਨ ਇਹ ਹੈ ਜੀ ਵੀ ਇੱਕ ਕੈਲੰਡਰ ਬਣਿਆ ਸੀ ਨਾਨਕ ਸ਼ਾਹੀ ਕੈਲੰਡਰ 2003 ਜਿਹਦੇ ਬਾਰੇ ਆਪਾਂ ਬੜਾ ਕੁਝ ਡਿਸਕਸ ਕਰ ਚੁੱਕੇ ਹਾਂ, ਪਰ ਬਹੁਤ ਡਿਟੇਲ 'ਚ ਨਹੀਂ ਜਾਵਾਂਗੇ ਜੀ। ਉਹਦੇ ਵਿੱਚ ਇਹ ਫਿਕਸ ਕੀਤਾ ਗਿਆ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਦਿਵਸ ਆ ਉਹ 16 ਜੂਨ ਨੂੰ ਹਰ ਸਾਲ ਮਨਾਇਆ ਜਾਏਗਾ। ਅੱਛਾ ਜੀ। ਉਹ ਜਿਹੜਾ ਨਾਨਕ ਸ਼ਾਹੀ ਕੈਲੰਡਰ ਉਹਦੇ ਮੁਤਾਬਕ 16 ਜੂਨ ਨੂੰ ਹਰ ਸਾਲ ਆਉਂਦਾ। ਅੱਛਾ ਜੀ। 2003 ਤੋਂ ਲੈ ਕੇ ਤੇ 2010 ਤੱਕ ਇਹ ਕੈਲੰਡਰ ਬੜਾ ਸਮੂਥਲੀ ਚੱਲਦਾ ਰਿਹਾ ਜੀ। ਤੇ ਜਦੋਂ ਜੋਗਿੰਦਰ ਸਿੰਘ ਵਿਦਿਆਰਥੀ ਹੋਈ ਚੱਲੇ ਗਏ ਤੇ ਉਸ ਤੋਂ ਬਾਅਦ 2009 ਦੇ ਵਿੱਚ 1 ਸਤੰਬਰ 1 ਅਕਤੂਬਰ ਦੀ ਕਮੇਟੀ ਬਣਦੀ ਹੈ ਜੀ, ਜਿਹਨੂੰ ਕਹਿੰਦੇ ਕੈਲੰਡਰ ਸੋਧ ਕਮੇਟੀ। ਅੱਛਾ ਜੀ। ਇਹ ਕਮੇਟੀ ਉਹਨਾਂ ਵਿਅਕਤੀਆਂ ਦੀ ਬਣੀ ਜਿਹਨਾਂ ਨੂੰ ਨਾ ਕਿਸੇ ਭੂਗੋਲ ਦੀ ਨੌਲੇਜ ਆ, ਨਾ ਕਿਸੇ ਖਗੋਲ ਦੀ ਨੌਲੇਜ ਆ, ਨਾ ਕਿਸੇ ਤਾਰਾ ਵਿਗਿਆਨ ਦੀ ਨੌਲੇਜ ਆ, ਨਾ ਕੋਈ ਇਤਿਹਾਸ ਦੀ ਨੌਲੇਜ ਜੀ। ਉਹ ਸਨ ਤਤਕਾਲੀ ਪ੍ਰਧਾਨ ਜਥੇਦਾਰ ਕਰਤਾਰ ਸਿੰਘ ਮੱਕੜ ਤੇ ਦਮਦਮੀ ਟਕਸਾਲ ਦੇ ਮੁਖੀ ਮਹਿਤਾ ਦੇ ਬਾਬਾ ਹਰਨਾਮ ਸਿੰਘ ਧੁਮਾ ਜੀ। ਇਹਨਾਂ ਨੂੰ ਕਹਿਤਾ ਜੀ ਤੁਸੀਂ ਇੱਥੇ ਸੋਧ ਕਰਕੇ ਸਾਨੂੰ ਦੇ ਦਿਓ ਤੇ ਅਸੀਂ ਅਨਾਊਂਸ ਕਰ ਦਿਆਂ। ਪਹਿਲੀ ਗੱਲ ਤੇ ਅਕਾਲ ਤਖ਼ਤ ਤੇ 21 ਵਿਦਵਾਨਾਂ ਦੀ ਇੱਕ ਕਮੇਟੀ ਬਣੀ ਸੀ ਤੇ ਕੈਨੇਡਾ ਤੋਂ ਇੱਕ ਪ੍ਰਵਾਸੀ ਸਿੰਘ ਪਾਲ ਸਿੰਘ ਪੁਰੇਵਾਲ ਜਿਹੜੇ ਐਕਸਪਰਟ ਸਨ ਇਹਦੇ ਕੈਲੰਡਰ ਬਣਾਉਣ ਦੇ ਜੀ, ਜਿਨ੍ਹਾਂ ਹਿਜਰੀ ਕੈਲੰਡਰ ਮੁਸਲਮਾਨ ਦਾ ਬਣਾਇਆ ਉਹਨਾਂ ਨੇ ਇੱਕ ਆਪਣੀ ਪੂਰੀ ਲਾਇਬ੍ਰੇਰੀ ਰੱਖੀ ਆ ਕੈਲੰਡਰਾਂ ਦੇ ਉੱਤੇ ਜੀ। ਉਹਨਾਂ ਦੀ ਮਿਹਨਤ ਉਹਨਾਂ ਨੇ ਭਾਈ ਰਣਜੀਤ ਸਿੰਘ ਜਦੋਂ ਜਥੇਦਾਰ ਅਕਾਲ ਤਖ਼ਤ ਸੀ ਉਦੋਂ ਤੋਂ ਸ਼ੁਰੂ ਕੀਤੀ, ਪਰ ਭਾਈ ਰਣਜੀਤ ਸਿੰਘ ਨੇ ਗੱਲ ਕੀ ਕਿਹਾ ਸੀ ਵੀ ਕਾਹਲ ਹੀ ਨਹੀਂ ਕਰਨਾ, ਤਾਂ ਪੂਰੀ ਸੋਚ ਵਿਚਾਰ ਕਰਕੇ ਸਾਰਿਆਂ ਨੂੰ ਖੰਭਾਂ ਥੱਲੇ ਲੈ ਕੇ ਫਿਰ ਕੈਲੰਡਰ ਬਣਾਉਣਾ ਜੀ। ਉਹ ਕੈਲੰਡਰ ਜਿਹੜਾ 2003 ਦੇ ਵਿੱਚ ਬਣਿਆ ਸੀ ਉਹਦੇ ਮੁਤਾਬਕ ਇਹ ਸੀ ਵੀ ਇਹ ਕੈਲੰਡਰ ਜਿਹੜਾ ਤੁਹਾਡਾ ਸੂਰਜ ਹੀ ਆ, ਆਮ ਤੌਰ ਤੇ ਜਿਹੜੇ ਆ ਉਹ ਤੁਹਾਡੇ ਮੂਨ ਦੇ ਆ ਚੰਦਰਮਾ ਦੇ ਹੈਗੇ ਆ ਤੇ ਇਸ ਕਰਕੇ ਉਹ ਬਦਲਦੇ ਰਹਿੰਦੇ ਆ, ਉਹਨਾਂ ਦਿਨ ਵੱਧ ਘੱਟਦੇ ਰਹਿੰਦੇ ਆ ਜੀ। ਜਿਹੜਾ ਸੂਰਜ ਉਹ ਸਿੱਧਰ ਹੋਣ ਕਰਕੇ ਉਹਦੇ ਦਿਨ ਵਧਣੇ ਘਟਣੇ ਨਹੀਂ, ਉਹ ਨਹੀਂ ਰਹਿਣੇ ਜਿੰਨੇ ਹੈਗੇ ਜੀ। ਲੇਕਿਨ ਉਹ 2 ਸਾਲ ਦੀ ਮਿਹਨਤ ਤੋਂ ਬਾਅਦ ਜਦੋਂ ਕੈਲੰਡਰ ਉਹ ਅਨਾਊਂਸ ਕੀਤਾ ਗਿਆ ਤੇ ਉਦੋਂ ਪ੍ਰਵਾਨ ਕੀਤਾ ਗਿਆ, 7 ਸਾਲ ਕੈਲੰਡਰ ਉਹ ਚੱਲਿਆ ਤੇ ਸਾਰੀ ਦੁਨੀਆਂ ਦੇ ਸਿੱਖਾਂ ਨੇ ਉਹਨੂੰ ਪ੍ਰਵਾਨ ਕਰ ਲਿਆ ਜੀ। ਲੇਕਿਨ ਜਿਹੜਾ ਸਾਡਾ ਸਾਧ ਲਾਣਾ ਸੀ ਜਿਹੜੇ ਕਹਿੰਦੇ ਸਾਡੀ ਜਿਹੜੀ ਸਮੱਸਿਆ ਅੱਜ ਹੈ ਤੇ ਸਾਡੀ ਸੰਗਰਾਂਦ ਅੱਜ ਹੈ, ਸਾਡੀ ਸੰਗਤ ਟੁੱਟਦੀ ਆ, ਉਹਨਾਂ ਨੇ ਕਿਹਾ ਸਾਡੀ ਸੰਗਤ ਪਹਿਲਾਂ ਵਾ, ਤੁਹਾਡਾ ਕੈਲੰਡਰ ਪਵੇ ਝੱਠੇ ਫੂਜ। ਹਾਂ ਬਿਲਕੁਲ, ਸਾਡਾ ਸਾਡੇ ਤਾਂ ਇੱਥੇ ਖੀਰਾ ਕੜਾ ਬਣਨਾ ਜੀ ਜੀ। ਤੇ ਸਾਨੂੰ ਤੇ ਉਹ ਚਾਹੀਦਾ ਜਿਹਦੇ ਨਾਲ ਸਾਡੀ ਸੰਗਤ ਜੁੜੀ ਰਵੇ ਜੀ। ਬੇਸਿਕਲੀ ਉਹ ਸਾਧ ਲਾਣਾ ਸਿਹਰਾ ਜਿਹੜਾ ਸੀ ਬਿਕਵੀ ਕੈਲੰਡਰ ਦਾ ਪਾਚਕ ਸੀ ਤੇ ਉਹ ਬਿਕਵੀ ਕੈਲੰਡਰ ਚਾਹੁੰਦਾ ਸੀਗਾ। 2006 ਦੇ ਵਿੱਚ ਜਦੋਂ ਬਾਬਾ ਹਰਨਾਮ ਸਿੰਘ ਧੁੰਮਾ ਤੇ ਸਾਧ ਲਾਣੇ ਦਾ ਸਮਝੌਤਾ ਬਾਦਲ ਨਾਲ ਹੋਇਆ ਜੀ, ਤੇ 2007 ਚ ਸਰਕਾਰ ਬਣੀ ਤੇ ਪਹਿਲੀ ਗੱਲ ਉਹਨਾਂ ਦੀ ਇਹ ਵੀ ਸੀ ਇਸ ਕੈਲੰਡਰ ਨੂੰ ਚੇਂਜ ਕੀਤਾ ਜਾਵੇ ਜੀ। ਉਹ ਕੈਲੰਡਰ ਦੀ ਕਮੇਟੀ ਬਣੀ 2010 ਦੇ ਵਿੱਚ। ਉਹ ਕੈਲੰਡਰ ਦੀ ਕਮੇਟੀ ਨੇ ਉਹ ਕੈਲੰਡਰ ਕਿੱਥੋਂ ਬਣ ਗਿਆ ਕਿੱਥੋਂ ਨਹੀਂ ਬਣ ਗਿਆ, ਲੋਕ ਤੇ ਬੜਾ ਕੁਛ ਕਹਿੰਦੇ ਆ ਜੀ ਵੀ ਇੱਕ ਵੱਖਰੀ ਜਮਾਤ ਦੇ ਸੈਂਟਰ ਚੋਂ ਬਣ ਗਿਆ ਤੇ ਉਹ ਆ ਕੇ ਅਨਾਊਂਸ ਕਰ ਦਿੱਤਾ ਗਿਆ। ਹੁਣ ਉਹਦੇ ਮੁਤਾਬਕ ਦਿਨ ਵੱਧਦੇ ਘਟਦੇ ਰਹਿੰਦੇ ਜੀ। ਉਹਨਾਂ ਦਾ ਸਾਲ 253 ਦਿਨਾਂ ਦਾ, ਸਾਡਾ 353 ਦਿਨਾਂ ਦਾ, ਸਾਡਾ 365 ਦਿਨਾਂ ਦਾ ਜੀ।
ਉਹਦੇ ਮੁਤਾਬਕ ਕਾਹਦੇ ਘੱਟਦੇ ਨਹੀਂ ਹੁੰਦੇ ਤੇ ਵਧਣ ਘਟਣ ਕਰਕੇ ਹੁਣ ਉਹ ਕੈਲੰਡਰ ਜਿਹੜਾ ਉਹਦੇ ਮੁਤਾਬਕ ਬਣਦਾ ਵਾ 26 ਮਈ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਦਿਹਾੜਾ ਬਣਦਾ ਉਸ ਕੈਲੰਡਰ ਮੁਤਾਬਕ ਜੀ। ਹੁਣ ਭੰਬਲ ਭੂਸਾ ਪਿਆ ਕੁਛ ਲੋਕ ਜਿਹੜੇ ਆ 2003 ਦੇ ਕੈਲੰਡਰ ਮੁਤਾਬਕ ਮਨਾਈ ਜਾਂਦੇ ਆ ਤੇ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਜਿਹਨਾਂ ਦਾ ਸਾਥ ਲੈਣਾ ਉਹ 26 ਮਈ ਨੂੰ ਮਨਾਏਗਾ ਜੀ। ਦੱਸੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉੱਥੋਂ ਦੀ ਸਰਕਾਰ ਤੇ ਔਕਾਫ ਬੋਰਡ ਕਹਿੰਦਾ ਵਾ ਵੀ ਸਾਡੀ ਕਮੇਟੀ ਨੇ ਜਿਹੜਾ ਕੈਲੰਡਰ ਆ 2003 ਵਾਲਾ ਉਹਨੂੰ ਪ੍ਰਵਾਨ ਕੀਤਾ, ਇਸ ਕਰਕੇ ਅਸੀਂ ਤੇ 16 ਜੂਨ ਨੂੰ ਮਨਾਵਾਂਗੇ ਜੀ। ਜੇ ਤੁਸੀਂ ਆਉਣਾ ਤੇ ਜੀ ਸਦਕੇ ਅੱਗੋਂ ਪਿੱਛੋਂ ਅਸੀਂ ਇਹ ਸ਼ਹੀਦੀ ਦਿਵਸ ਮਨਾਉਣ ਵਾਸਤੇ ਤੁਹਾਨੂੰ ਪ੍ਰਵਾਨਗੀ ਨਹੀਂ ਦੇਵਾਂਗੇ। ਜਿਹਦੇ ਕਰਕੇ ਪਿਛਲੇ 3 ਸਾਲ ਤੋਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਥਾ ਨਹੀਂ ਜਾ ਰਿਹਾ, ਨਾ ਜਾਣ ਕਰਕੇ ਉਹ ਉਸ ਟਾਈਮ ਤੇ ਨਹੀਂ ਮਨਾਇਆ ਜਾਂਦਾ। ਜਦੋਂ ਫਿਰ ਉਹ ਤੁਹਾਡੇ ਆਪਣੇ 16 ਜੂਨ ਹੁੰਦੀ ਆ, ਉਦੋਂ ਫਿਰ ਸਾਡੇ ਮਹਾਂਪੁਰਸ਼ ਜਿਹੜੇ ਇੱਥੇ ਹੈਗੇ ਨੇ ਆਗੂ ਉਹ ਰੁਕਾਵਟ ਪਾ ਦਿੰਦੇ ਵੀ ਉਸ ਵਿੱਚੋਂ ਟ੍ਰੇਨ ਹੀ ਨਾ ਆਵੇ ਤੇ ਲੋਕੀ ਖੱਜਲ ਖੁਆਰ ਕੇ ਘਰ ਚਲੇ ਜਾਣ। ਮਤਲਬ ਇੱਕ ਗੁਰੂ ਸਾਹਿਬ ਦਾ ਦਿਹਾੜਾ ਮਨਾਉਣਾ ਵਾ। ਪਹਿਲੀ ਗੱਲ ਤੇ ਦਾਨੇ ਵਾਲੀਆ ਸਾਹਿਬ ਵਿਦੇਸ਼ਾਂ ਦੇ ਵਿੱਚ ਗੁਰੂ ਸਾਹਿਬ ਦੇ ਦਿਹਾੜੇ ਜਿਹੜੇ ਲੋਕ ਉਹ ਸਾਰਾ ਸਾਜ ਹੀ ਮਨਾਈ ਜਾਂਦੇ ਜੀ। ਜੇ ਕਿਸੇ ਨੇ 16 ਨੂੰ ਮਨਾ ਲਿਆ ਜਾਂ 26 ਨੂੰ ਮਨਾ ਲਿਆ ਤੇ ਕੀ ਫਰਕ ਪੈ ਗਿਆ ਤੁਹਾਨੂੰ? ਜੇ ਕੈਲੰਡਰ ਦੀ ਵੀ ਗੱਲ ਤੁਸੀਂ ਇੱਥੇ ਮਨਾਈ ਜੋ, ਜੇ ਪਾਕਿਸਤਾਨ ਵਾਲੀ ਕਮੇਟੀ ਕਹਿੰਦੀ ਵੀ ਜੀ 16 ਨੂੰ ਮਨਾਓ, 16 ਨੂੰ ਮਨਾਓ ਜਾ ਕੇ। ਹਾਂਜੀ, ਲੇਕਿਨ ਇੱਕ ਜਿਹਦਾ ਅਸੀਂ ਤੁਹਾਨੂੰ ਨਹੀਂ ਮੰਨਦੇ ਹੋ ਕਿ ਨਹੀਂ, ਤੁਹਾਨੂੰ ਨਹੀਂ ਮੰਨਦੇ, ਸਿੱਖਾਂ ਦੀ ਅੜੀ ਜਿਹੜੀ ਆ ਉਹ ਹੈਗੀ ਆ ਅੜੀ ਦੇ ਵਿੱਚ ਆ ਕੇ ਜਿਹੜਾ ਹੁਣ ਇਹ ਕੈਲੰਡਰ ਵਾਸਤੇ ਫਿਰ ਜਿਹੜੀ ਭਾਵੇਂ ਹਾਲਾਤ ਠੀਕ ਵੀ ਹੁੰਦੇ ਜੀ, ਤਾਂ ਵੀ ਇਹ ਜਥਾ 26 ਨੂੰ ਨਹੀਂ ਜਾ ਸਕਦਾ ਸੀਗਾ। ਇਸ ਕਰਕੇ ਨਾ 26 ਨੂੰ ਨਾ 16 ਨੂੰ ਦੋਵੇਂ ਹੀ ਜਥੇ ਇਸ ਵਾਰੀ ਨਹੀਂ ਜਾਣਗੇ ਤੇ ਉਹ ਜਿਹੜਾ ਸ਼ਹੀਦੀ ਦਿਵਸ ਆ ਉਹ ਐਤਕੀ ਇੱਥੋਂ ਦੀਆਂ ਇੰਡੀਆ ਦੀਆਂ ਸੰਗਤਾਂ ਪਾਕਿਸਤਾਨ ਜਾ ਕੇ ਨਹੀਂ ਮਨਾਉਣਗੀਆਂ ਜੀ। ਹੋਰ ਬਾਹਰਲੇ ਵਿਦੇਸ਼ਾਂ ਦੀਆਂ ਜਨਤਾ ਵੱਖਰੀ ਗੱਲ, ਉਹ ਵੱਖਰੀ ਗੱਲ ਹੈ ਜੀ, ਆਉਂਦੀਆਂ ਨਹੀਂ ਆਉਂਦੀਆਂ। ਹਾਂਜੀ ਜੀ ਜੀ ਜੀ, ਇਸ ਕਰਕੇ ਇਹ ਕੈਲੰਡਰ ਜਿਹੜਾ ਸ਼ਹੀਦੀ ਦਿਵਸ ਆ ਇੱਥੇ ਵੀ ਜਿਹੜਾ ਉਹ ਦੋ ਟਾਈਮ ਮਨਾਇਆ ਜਾਂਦਾ, ਇੱਕ ਵਾਰੀ 26 ਮਈ ਨੂੰ, ਇੱਕ ਵਾਰੀ 16 ਜੂਨ ਨੂੰ ਜੀ ਜੀ। ਤੇ ਹੁਣ ਆਈਏ ਆਪਾਂ, ਹੁਣ ਤਾਲਾਬੰਦੀ ਜਿਹੜੀ ਹੈ ਖੁੱਲਣੀ ਸ਼ੁਰੂ ਹੋ ਗਈ ਹੈ ਜੀ, ਤੇ ਕਹਿੰਦੇ ਜੇ ਠੇਕੇ ਖੋਲਤੇ ਆ ਤੇ ਫਿਰ ਧਾਰਮਿਕ ਸਥਾਨ ਕਿਉਂ ਨਾ ਖੋਲੇ ਜਾਣ, ਇਹ ਕਿਹਨੇ ਮੰਗ ਕੀਤੀ ਹੈ ਜੀ? ਪਹਿਲੀ ਗੱਲ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਠੇਕਿਆਂ ਨਾਲ ਤੁਲਨਾ ਦਰਬਾਰ ਸਾਹਿਬ ਜੀ ਕਰਨਾ, ਮੈਂ ਸੋਚਦਾ ਇਦੋਂ ਮੰਦ ਭਾਗੀ ਗੱਲ ਕੋਈ ਹੋਰ ਹੋ ਨਹੀਂ ਸਕਦੀ। ਉਹਨਾਂ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਜੀ। ਦੂਸਰੀ ਚੀਜ਼, ਤੁਹਾਨੂੰ ਮੰਗ ਕਰਨ ਦੀ ਕੀ ਲੋੜ ਆ ਭਾਈ? ਤੁਹਾਡੀ ਸੈਂਟਰ ਤੱਕ ਪਹੁੰਚਾ, ਤੁਹਾਡੇ ਪ੍ਰਧਾਨ ਨੂੰ ਕਹੋ, ਆਪਣੀ ਧਰਮ ਪਤਨੀ ਨੂੰ ਕਹੋ, ਉਹ ਜਾ ਕੇ ਹੋਮ ਮਿਨਿਸਟਰ ਨੂੰ ਕਹੇ, ਹੋਮ ਮਿਨਿਸਟਰ ਜਾ ਕੇ ਪ੍ਰਧਾਨ ਮੰਤਰੀ ਨੂੰ ਕਹੇ, ਭਾਈ ਸਾਡੀ ਗੋਲਕ ਖਾਲੀ ਹੋ ਗਈ ਭਰਨੀ ਆ, ਜਿਹੜੀ ਖੋਲਦੇ ਸਾਡਾ ਦਰਬਾਰ ਸਾਹਿਬ, ਕਿਉਂ ਨੀ ਕਹਿੰਦੇ ਤੁਸੀਂ? ਮੰਗ ਕਿਉਂ ਕਰਦੇ ਹੋ? ਬੰਦ ਤੇ ਉਹਨਾਂ ਕਰਾਇਆ, ਉਹਨਾਂ ਬੰਦ ਕਰਾਇਆ ਤੇ ਖਿਲਾ ਲਓ, ਉਹਨਾਂ ਕੋਲ ਜਾ ਕੇ ਤੁਹਾਨੂੰ ਮਨੰਦ ਨਹੀਂ ਕਰਦਾ ਕੋਈ। ਦੂਸਰੀ ਚੀਜ਼, ਠੇਕੇ ਖੋਲ ਦਿੱਤੇ ਤੇ ਗੁਰਦੁਆਰੇ ਖੁੱਲ ਜਾਣ ਜੀ, ਧਾਰਮਿਕ ਧਰਮ ਵੀ ਖੁੱਲ ਜਾਣ ਜੀ। ਲੌਂਗੋਵਾਲ ਸਾਹਿਬ ਇਹ ਗੱਲ ਕਹਿਣ ਲੱਗਿਆ, ਤੁਹਾਨੂੰ 100 ਵਾਰੀ ਸੋਚਣਾ ਚਾਹੀਦਾ ਸੀ। ਤੁਸੀਂ ਓਦਾਂ ਕਹਿ ਦਿੰਦੇ ਜੀ ਗੁਰਦੁਆਰਿਆਂ ਦੇ ਹਾਲਾਤ ਜਿਹੜੇ ਆ ਇਸ ਵੇਲੇ ਬੜੇ ਸਾਜਗਰ ਨਹੀਂ, ਸੰਗਤ ਨੂੰ ਥੋੜੀ ਥੋੜੀ ਕਰਕੇ ਜਾ ਕੇ ਮੱਥਾ ਟੇਕਣ ਜਾਣ ਦੀ ਆਗਿਆ ਦਿੱਤੀ ਜਾਵੇ ਜੀ ਜੀ। ਇਸ ਵੇਲੇ ਜਿਹੜੀ ਆਪਾਂ ਸੋਸ਼ਲ ਡਿਸਟੈਂਸ ਦੀ ਗੱਲ ਕਰਦੇ, ਇੰਨੇ ਮਜ਼ਦੂਰ ਵਾਪਸ ਜਾ ਰਹੇ, ਕਿੰਨੇ ਕਿਤੇ ਸੋਸ਼ਲ ਡਿਸਟੈਂਸਿੰਗ ਹੈਗਾ? ਹੈ ਨਹੀਂ ਗੀ ਜੀ। ਹੁਣ ਬਾਜ਼ਾਰਾਂ 'ਚ ਕਿਹੜੀ ਹੈਗੀ ਦੱਸ ਦਿਓ, ਐਵੇਂ ਹੁਣ ਤਾਂ ਕਹਾਣੀਆਂ ਨੇ। ਅੱਜ ਦੀ ਡੇਟ ਦੇ ਵਿੱਚ ਪਹਿਲਾਂ ਕੀ ਹੁੰਦਾ ਸੀਗਾ ਵੀ ਜਿੱਥੇ ਵੀ ਕਿੱਥੇ ਡਿਪਾਰਟਮੈਂਟ ਦੇ ਵਿੱਚ ਕੋਈ ਬੰਦਾ ਜਿਹੜਾ ਸੀ ਉਹ ਪੋਜ਼ਿਟਿਵ ਮਿਲ ਜਾਂਦਾ ਸੀ, ਕਰੋਨਾ ਪੋਜ਼ਿਟਿਵ, ਤੇ ਉਹ ਸਾਰਾ ਡਿਪਾਰਟਮੈਂਟ ਬੰਦ ਕਰ ਦਿੱਤਾ ਜਾਂਦਾ ਸੀ ਜੀ, ਉਹ ਮਹੱਲਾ ਬੰਦ ਕਰ ਦਿੱਤਾ ਜਾਂਦਾ ਸੀ, ਉਹ ਇਲਾਕਾ ਬੰਦ ਕਰ ਦਿੱਤਾ ਜਾਂਦਾ ਸੀ। ਤੁਹਾਡੇ ਸਾਹਮਣੇ ਹੈ ਜੀ, ਜਦੋਂ ਭਾਈ ਨਿਰਮਲ ਸਿੰਘ ਦਾ ਜੋ ਕੇਸ ਹੋਇਆ, ਸਾਰਾ ਇਲਾਕਾ ਬੰਦ ਕਰਤਾ, ਟੋਟਲੀ ਸੀਲ ਕਰਤਾ ਜੀ, ਨਾ ਕੋਈ ਅੰਦਰੋਂ ਆਵੇ ਤੇ ਨਾ ਕੋਈ ਬਾਹਰ ਜਾਵੇ, ਉਹ ਕਈ ਦਿਨ ਸੀਲ ਰਿਹਾ ਜੀ। ਲੇਕਿਨ ਅੱਜ ਸਰਕਾਰ ਨੇ ਜਿਹੜਾ ਇਹ ਆਪਣੀ ਅਮੈਂਡਮੈਂਟ ਕਰ ਲਈ ਵੀ ਨਹੀਂ, ਪੂਰਾ ਇਲਾਕਾ ਨੀ ਬੰਦ ਕੀਤਾ ਜਾਊ, ਪੂਰਾ ਦਫ਼ਤਰ ਨੀ ਬੰਦ ਕੀਤਾ ਜਾਊ, ਉਹਨਾਂ ਬੰਦ ਕੀਤਾ ਵੀ ਜਿੱਥੇ ਉਹ ਬੰਦਾ ਕੰਮ ਕਰਦਾ ਰਿਹਾ। ਅੱਛਾ ਜੀ, ਚਲੋ ਠੀਕ ਆ, ਕਰਤਾ ਚੰਗੀ ਗੱਲ ਆ। ਜਦੋਂ ਸੋਸ਼ਲ ਡਿਸਟੈਂਸ ਨਾਂ ਦੀ ਕਿਤੇ ਵੀ ਕੋਈ ਚੀਜ਼ ਨੀ ਹੈਗੀ, ਕਰੋਨਾ ਹੀ ਕਹਿੰਦੇ ਕੋਈ ਬਿਮਾਰੀ ਨਹੀਂ ਜੀ, ਇਹ ਇੱਕ ਇਨਫੈਕਸ਼ਨ ਆ ਜਦੋਂ ਆਉਂਦੀ ਹੈ, ਜੇ ਤੁਹਾਡਾ ਇਮਿਊਨਿਟੀ ਸਿਸਟਮ ਜਿਹੜਾ ਉਹ ਵੀਕ ਆ ਤੇ ਤੁਹਾਡੇ ਤੇ ਹੈਵੀ ਹੋ ਜਾਂਦੀ ਹੈ, ਤੁਹਾਨੂੰ ਸ਼ੂਗਰ ਦੀ ਬਿਮਾਰੀ, ਤੁਹਾਨੂੰ ਕੋਈ ਕਿਡਨੀ ਖਰਾਬ, ਤੁਹਾਨੂੰ ਕੋਈ ਹਾਰਟ ਦੀ ਬਿਮਾਰੀ ਹੋਈ ਵੀ ਹੋ ਜਾਂਦੀ ਹੈ ਤੇ ਲੈ ਦਿੰਦੀ ਹੋ, ਬਾਕੀ ਤਾਂ ਕੋਈ ਗੱਲ ਨਹੀਂ ਨਾ ਹੈਗੀ ਜੀ ਜੀ। ਜਿਹਦਾ ਇਮਿਊਨਿਟੀ ਸਿਸਟਮ ਸਟਰੋਂਗ ਆ ਉਹਦੇ ਉੱਤੇ ਕਰੋਨੇ ਕਰਾਨੇ ਕੋਈ ਕੰਮ ਨਹੀਂ ਕਰਦਾ ਸੀ, ਕਈ ਵਾਰੀ ਕਹਿ ਚੁੱਕੇ, ਡਾਕਟਰ ਵੀ ਇਹ ਗੱਲ ਕਹਿੰਦੇ, ਇੰਨੀ ਗੱਲ ਅਸੀਂ ਨਹੀਂ ਕਹਿੰਦੇ, ਡਾਕਟਰ ਵੀ ਕਹਿੰਦੇ ਜੀ।
ਹੁਣ ਇੱਕ ਪਾਸੇ ਤੁਸੀਂ ਕਹਿ ਦਿਓ ਜੀ ਵੇਖੋ ਤੁਸੀਂ ਇੱਕਦਮ ਨਾ ਬੰਦ ਕਰੋ, ਸੰਗਤਾਂ ਬੜੀਆਂ ਉਤਸੁਕ ਰੱਖਦੀਆਂ ਤਾਂ ਵਿੱਚ ਨੇ ਵੀ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਨੇ, ਆਪਣੇ ਦਰਬਾਰ ਦੇ ਜਾ ਕੇ ਦਰਸ਼ਨ ਕਰਨੇ ਆ ਜੀ। ਤੇ ਤੁਸੀਂ ਸਾਨੂੰ ਆਗਿਆ ਦਿਓ। ਜਦੋਂ ਦਾਨੇ ਵਾਲੀਆ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ ਹੋਏ ਨੇ ਉਦੋਂ ਕੀ ਮੋਰਚਾ ਨੀ ਲੱਗਾ ਸੀਗਾ? ਸਿਰਫ ਤੇ ਸਿਰਫ ਮੁਗਲ ਸਰਕਾਰ ਨੇ ਪਿੰਡਾਂ ਚ ਇੱਕ ਸਰਕੂਲਰ ਜਾਰੀ ਕੀਤਾ ਸੀ ਵੀ ਦਰਬਾਰ ਸਾਹਿਬ ਕਿਸੇ ਨੂੰ ਮੱਥਾ ਟੇਕਣ ਦੀ ਆਗਿਆ ਨਹੀਂ ਦਿੱਤੀ ਜਾਵੇ ਜੀ। ਤੇ ਬਾਬਾ ਦੀਪ ਸਿੰਘ ਸ਼ਹੀਦ ਨੇ ਕਿਹਾ ਸੀ ਕਿੱਦਾਂ ਹੋ ਸਕਦਾ ਸਾਨੂੰ ਦਰਬਾਰ ਸਾਹਿਬ ਤੁਸੀਂ ਮੱਥਾ ਟੇਕਣ ਦੀ ਆਗਿਆ ਨਾ ਦਿਓ? ਤੇ ਬਾਬਾ ਦੀਪ ਸਿੰਘ ਤੁਰੇ ਸੀ ਤਲਵੰਡੀ ਸਾਹਿਬ ਤੋਂ ਆਪਣਾ ਖੰਡਾ ਫੜ ਕੇ ਤੇ ਜੁੜਦੇ ਜੁੜਦੇ ਆ ਕੇ ਯੁੱਧ ਜਿਹੜਾ ਉਹਨਾਂ ਦਾ ਹੋਇਆ ਸੀ ਅੰਮ੍ਰਿਤਸਰ ਤੋਂ ਬਾਹਰ ਜੀ, ਉਹ ਸਿਰਫ ਮੱਥਾ ਟੇਕਣ ਤੋਂ ਹੋਇਆ ਸੀਗਾ, ਕੋਈ ਹੋਰ ਮੋਰਚਾ ਨੀ ਲੱਗਾ ਕਿਸੇ ਕਿਸਮ ਦਾ ਜੀ। ਉੱਥੇ ਯੁੱਧ ਹੋਇਆ ਸੀ, ਬਾਬਾ ਦੀਪ ਸਿੰਘ ਦੀ ਜਿਹੜੀ ਸੀ ਧੌਣ ਤੇ ਇੰਨੀ ਜ਼ਿਆਦਾ ਬੁਰੀ ਤਰ੍ਹਾਂ ਸੱਟ ਲੱਗ ਚੁੱਕੀ ਸੀ ਵੀ ਚੱਲ ਨਹੀਂ ਸੀ ਸਕਦੇ। ਤੇ ਜਦੋਂ ਸਿੰਘਾਂ ਨੇ ਕਿਹਾ ਵੀ ਮਹਾਰਾਜ ਜੀ ਤੁਸੀਂ ਤੇ ਇੱਕ ਰਾਸਾ ਸੋਧਿਆ, ਫਿਰ ਉਹਨਾਂ ਇੱਕ ਪਾਸੇ ਜਿਹੜਾ ਸੀ ਆਪਣਾ ਉੱਤੇ ਸਿਰ ਫੜਿਆ, ਦੂਜੇ ਹੱਥ ਦਾ ਖੰਡਾ ਵਹਿ ਤੇ ਤੁਰੇ ਗਏ ਤੇ ਮੱਥਾ ਟੇਕਿਆ ਸਰ ਜਾ ਕੇ ਜੀ। ਜਿਹੜੇ ਆਪਣੇ ਕਿੰਗਾਂ ਨੇ ਸਮਝ ਲਓ ਵੀ ਕਲਾਕਾਰਾਂ ਨੇ ਕਲਾਕਿਰਤੀਆਂ ਹੋਰ ਹੀ ਬਣਾ ਤੀਆਂ। ਉਹ ਗਲਤ ਆ ਜੀ, ਆਪਾਂ ਉਹ ਗੱਲ ਸਹਿਮਤ ਨੀ, ਉਹ ਤੇ ਗੁਰੂ ਸਾਹਿਬ ਨੇ ਕਿਹਾ ਹੀ ਨੀ ਕਿਤੇ ਵੀ। ਗੁਰੂ ਸਾਹਿਬ ਨੇ ਇਹੋ ਜਿਹੀ ਕਰਾਮਾਤ ਕਿਤੇ ਵੀ ਨੀ ਵਿਖਾਈ, ਉਹਨਾਂ ਅਰਦਾਸ ਉਧੜੀ ਕੀਤੀ ਕਾਲ ਪੁਰਖ ਅੱਗੇ ਵੀ, ਗੁਰੂ ਸਾਹਿਬ ਨੇ ਅਰਦਾਸ ਉਧੜੀ ਕੀਤੀ ਹੈ ਜੀ ਜੀ ਜੀ। ਸਿੱਖ ਪੰਥ ਦੇ ਵਿੱਚ ਅਰਦਾਸ ਦਾ ਬੜਾ ਤਕੜਾ ਮਹੱਤਵ ਆ, ਥੋੜਾ ਸਪਸ਼ਟ ਕਰਦੇ ਆ ਜੀ ਜੀ। ਚਲੋ ਬਾਬਾ ਦੀਪ ਸਿੰਘ ਹੋਰੀ ਚਲੇ ਗਏ ਉੱਥੇ ਪਰਿਕਰਮਾ ਚ ਪਹੁੰਚ ਗਏ ਤੇ ਜਾ ਕੇ ਉੱਥੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਹੁਣ ਮੇਰਾ ਇੱਥੋਂ ਹੀ ਮੱਥਾ ਪ੍ਰਵਾਨ ਕਰ ਤੂੰ ਜੀ, ਕਿਉਂਕਿ ਜਿਹੜੀ ਮੇਰੀ ਹਾਲਤ, ਮੇਰਾ ਚੋਲਾ ਕੀ ਮੇਰਾ ਸਰੀਰ ਸਾਰਾ ਖੂਨ ਨਾਲ ਕੋਈ ਮਿੱਟੀ ਦਾ ਸਾਰਾ ਲਿਬੜਿਆ ਪਿਆ, ਮੈਂ ਤੇਰੇ ਦਰਬਾਰ ਦੇ ਜਾਣ ਦੇ ਲਾਇਕ ਨਹੀਂ ਜੀ। ਉੱਥੇ ਬਾਬਾ ਜੀ ਨੇ ਫਿਰ ਮੱਥਾ ਟੇਕਿਆ ਤੇ ਉੱਥੇ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ, ਤੇ ਉਦੋਂ ਬਾਅਦ ਉਹਨਾਂ ਦਾ ਸਰੀਰ ਲਿਆ ਕੇ ਜਿੱਥੇ ਅੱਜ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਆ ਉੱਥੇ ਸੰਸਕਾਰ ਕੀਤਾ ਗਿਆ ਜੀ। ਕਈ ਕਹਾਣੀਆਂ ਬਣਦੀਆਂ, ਮੈਂ ਤੁਹਾਨੂੰ ਇਹ ਗੱਲ ਦੱਸੀ ਜੀ ਇਤਿਹਾਸ ਦੇ ਵਿੱਚ ਆਉਂਦੀ ਹੈ। ਕਾਲ ਲੈ ਲਈਏ ਜੀ ਜੀ। ਗੁਰਮਿਲ ਸਿੰਘ ਕਲੇਰ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਹੋ। ਮਿਹਰਬਾਨੀ ਜੀ, ਦਰੁਸਤੀ ਕਰਨ ਦੀ। ਇਹ ਅਸੀਂ ਜੀ ਪਹਿਲਾਂ ਕਈ ਵਾਰੀ ਗੱਲ ਕਰ ਚੁੱਕੇ, ਜੇ ਤੁਸੀਂ ਕਹਿੰਦੇ ਅਸੀਂ ਦੁਬਾਰਾ ਕਰ ਦਿੰਦੇ, ਪਹਿਲਾਂ ਕਰ ਚੁੱਕੇ ਆ ਗੱਲ ਇਹੀ। 2003 ਦੇ ਵਿੱਚ ਪਹਿਲਾਂ 16 ਮਾਰਚ 2003 ਨੂੰ ਇਹ ਕੈਲੰਡਰ ਹੋਲੇ ਮਹੱਲੇ ਤੇ ਸ੍ਰੀ ਅਕਾਲ ਤਖਤ ਤੋਂ ਜਹਿਦਰ ਗਿਆਨੀ ਜੋਗਿੰਦਰ ਸਿੰਘ ਮਦਾਂਤੀ ਨੇ ਰਿਲੀਜ਼ ਕੀਤਾ ਸੀਗਾ ਜੀ। ਇਹ ਤਲਵੰਡੀ ਸਾਹਿਬ 14 ਅਪ੍ਰੈਲ 2003 ਨੂੰ ਤਲਵੰਡੀ ਸਾਹਿਬ ਤੋਂ ਸਰਬਸੰਮਤੀ ਨਾਲ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ, ਨਿਹੰਗ ਸਿੰਘ ਜਥੇਬੰਦੀਆਂ ਵੀ ਮੌਜੂਦ ਸਨ, ਸਾਧ ਲਾਣਾ ਵੀ ਮਜਬੂਤ, ਸਾਰੇ ਮੌਜੂਦ ਸਨ ਉੱਥੇ ਜੀ। ਉਹਨਾਂ ਦੀ ਹਾਜ਼ਰੀ ਵਿੱਚ 5 ਸਿੰਘ ਸਾਹਿਬ ਨੇ ਜਿਹੜਾ ਰਿਲੀਜ਼ ਕੀਤਾ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਸਿੰਘ ਉਹਨਾਂ ਨੇ ਆਪਣੇ ਕਰ ਕਲਮਾਂ ਨਾਲ ਇਹ ਰਿਲੀਜ਼ ਕੀਤਾ ਸੀਗਾ। ਇਹ ਅਸੀਂ ਇਸ ਕਰਕੇ ਨਹੀਂ ਕੀਤਾ, ਕਈ ਵਾਰੀ ਗੱਲ ਕਰ ਚੁੱਕੇ ਸੀ, ਸਮਾਂ ਸਾਡਾ ਦਿਲ ਸੀ ਬਾਜੇ ਥੋੜਾ ਜਿਹਾ ਗੱਲ ਹੋ ਜਾਏਗੀ ਜੇ ਤੁਸੀਂ ਹੁਣ ਆਪਾਂ ਉਹ ਤੁਹਾਨੂੰ ਦੱਸ ਦਿੱਤਾ ਜੀ। ਉਹ ਕੈਲੰਡਰ ਲਾਗੂ ਹੋ ਗਿਆ ਸੀ, ਉਹਨੂੰ ਮਾਨਤਾ ਵੀ ਮਿਲ ਗਈ ਸੀ, ਸਭ ਕੁਛ ਮਿਲ ਗਿਆ ਸੀਗਾ ਜੀ ਜੀ ਜੀ। ਲੇਕਿਨ ਅਫਸੋਸ ਕਿ ਜਦੋਂ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੂੰ ਲਾਇਆ ਗਿਆ, ਕਿਉਂ ਲਾਇਆ ਗਿਆ ਸੀ ਜੀ? ਚਲੋ ਆਪਾਂ, ਆਪਣੇ ਕੋਲੇ ਸਮਾਂ ਬੜਾ ਸੀਮਿਤ ਹੁੰਦਾ ਜੀ, ਆਪਾਂ ਦੁਬਾਰਾ ਫੇਰ ਕਿਤੇ ਇਸ ਗੱਲ ਤੇ ਕਰਾਂਗੇ, ਪਰ ਗੱਲ ਜਿਹੜੀ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਆ ਉਹਦੇ ਬਾਰੇ ਕੀ ਦੱਸੋ? ਕਹਿੰਦਾ ਕਿ ਗੁਰਦੁਆਰਿਆਂ ਦੀ ਜਾਇਦਾਦ ਹੀ ਕਹਿੰਦੇ ਧਾਰਮਿਕ ਕੇਂਦਰ ਸਰਕਾਰ ਨੂੰ ਦੇ ਦਿਓ, ਇਹ ਕੀ ਕਹਾਣੀ ਬਣਾ ਤੀ ਜੀ ਉਹਨੇ? ਉਹ ਕਹਾਣੀ ਇਹ ਆ ਜੀ, ਜਿਹੜੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਵੀ ਜਿਹੜੀ ਇਸ ਵੇਲੇ ਜਿਹੜੀ ਸਾਡੀ ਇੰਡੀਆ ਗਵਰਨਮੈਂਟ ਸੰਕਟ ਦੇ ਵਿੱਚ ਆ ਜੀ, ਤੇ ਜਿਹੜੇ ਧਾਰਮਿਕ ਅਦਾਰੇ ਉਹਨਾਂ ਕੋਲ ਬੜਾ ਬੜਾ ਸੋਨਾ ਪਿਆ, ਬੜਾ ਬੜਾ ਫੰਡ ਪਿਆ, ਤੇ ਉਹ ਜੇ ਉਹ ਜਿਹੜੇ ਕੇਂਦਰ ਸਰਕਾਰ ਦੇ ਹਵਾਲੇ ਕਰ ਦੇਣੇ ਚਾਹੀਦੇ, ਤੇ ਕੇਂਦਰ ਸਰਕਾਰ ਉਹਨਾਂ ਨੂੰ ਵਿਆਜ ਦੇਵੇਗੀ, ਬੋਂਡ ਦੇ ਬੋਂਡ ਭਰ ਲਓ ਉਹਦੇ ਨਾਲ। ਅੱਛਾ, ਤੇ ਸਿਰਸਾ ਸਾਹਿਬ ਨੇ ਨਾ ਅੱਗਾ ਵੇਖਿਆ ਨਾ ਪਿੱਛਾ ਵੇਖਿਆ ਵੀ ਮੇਰੇ ਤੋਂ ਪਹਿਲਾਂ ਕੋਈ ਹੋਰ ਬਿਆਨ ਨਾ ਦੇ ਜੇ ਤੇ ਮੈਂ ਆਪਣੀ ਰਾਜ ਸਭਾ ਦੀ ਸੀਟ ਪੱਕੀ ਕਰ ਲਵਾਂ। ਮੈਨੂੰ ਲੱਗਦਾ ਜੇ ਗੱਲ ਉਹੀ ਹੈ ਨਾ, ਹੈ ਤਾਂ ਫਿਰ ਹਵਾ ਤਾਂ ਉਸੇ ਪਾਸੇ ਆਉਂਦੀ ਹੈ, ਪੀਪਣੀ ਚ ਜਿਹੜਾ ਆਪਾਂ ਕਹਿ ਦਿੰਦੇ ਹਾਂ ਭਗਵੇਂ ਵਾਲੇ ਪਾਸੇ। ਬਿਲਕੁਲ ਜੀ, ਬਿਲਕੁਲ ਬਿਲਕੁਲ ਹਾਂਜੀ, ਇਹਨੇ ਬਿਆਨ ਦੇ ਤਾ ਜੀ। ਵੇਖੋ ਜੀ, ਬਿਲਕੁਲ ਠੀਕ ਆ, ਜਿਹੜੇ ਧਾਰਮਿਕ ਅਦਾਰੇ ਉਹ ਆਪਣੀਆਂ ਜਾਇਦਾਦਾਂ, ਆਪਣਾ ਸਾਰਾ ਸਾਜੋ ਸਮਾਨ, ਆਪਣੀ ਗੋਲਕ, ਆਪਣਾ ਸੋਨਾ ਸਾਨਾ ਜਿਹੜਾ ਸਾਰੇ ਹਵਾਲੇ ਕਰ ਦੇਣ ਸੈਂਟਰ ਸਰਕਾਰ ਦੇ ਜੀ।
लेकिन मैं एक गल कहनी चाहूंगा भी तुसी एक चौंकर दा चौकीदार हो, तुसी चोर ना बनो गुरु घर दे। ਇਹ ਤਾਂ ਫਿਰ ਸਰਕਾਰ ਦਾ ਜਿਵੇਂ ਪਹਿਲਾਂ ਇਹਨਾਂ ਨੇ ਆਦਤ ਬਣਾਈ ਵੀ ਜੋ ਲੋਕਾਂ ਦਾ ਪ੍ਰਾਪਰਟੀ ਆ ਉਹ ਵੇਚਦੇ, ਹੁਣ ਗੁਰੂ ਘਰਾਂ ਵਾਲੀ ਕਰਦੇ ਹੋ। ਦਾਨੇ ਵਾਲੀਆ ਸਾਹਿਬ ਜੀ, ਬਾਬਾ ਬੰਦਾ ਸਿੰਘ ਬਹਾਦਰ ਦੇ ਦਰਬਾਰ ਦੇ ਵਿੱਚ ਉਹਦੇ ਕੋਲ ਲੈ ਕੇ ਇੱਕ ਪ੍ਰਜਾਪਤੀ ਮੁਸਲਮਾਨ ਸੀ, ਉਹ ਸਰਾਈ ਲੈ ਕੇ ਆ। ਸਲਾਈ ਬੜੀ ਸ਼ਾਨਦਾਰ ਬਣਾਈ ਸੀ ਜੀ। ਉਹ ਕਹਿੰਦਾ ਮਹਾਰਾਜ ਜੀ ਆ ਸਰਾਈ ਰੱਖੋ, ਗਰਮੀਆਂ ਆ ਗਈਆਂ, ਜੇ ਪਾਣੀ ਪਾਓ, ਪਾਣੀ ਬੜਾ ਠੰਡਾ ਹੋ ਜਾਵੇ, ਠੰਡਾ ਪਾਣੀ ਪੀਆ ਕਰੋ ਤੁਸੀਂ ਜੀ। ਹੁਣ ਉਹਨੇ ਵੇਖਿਆ ਬਾਬਾ ਬੰਦਾ ਸਿੰਘ ਕੋਈ ਸਧਾਰਨ ਵਿਅਕਤੀ ਤਾਂ ਹੈ ਨੀ ਸੀਗਾ, ਉਹਨੇ ਵੇਖਿਆ ਬੰਦੇ ਮਿਹਨਤ ਕੀਤੀ ਜੀ। ਤੇ ਉਹਨਾਂ ਨੇ ਬੁੱਕ ਭਰ ਕੇ ਚਾਂਦੀ ਦੀਆਂ ਮੋਹਰਾਂ ਉਹਦੀ ਝੋਲੀ ਚ ਪਾਤੀਆਂ ਜੀ। ਤੇ ਜਦੋਂ ਸ਼ਿਕਾਇਤ ਗਈ ਸੀ ਉਸ ਟਾਈਮ ਤੇ ਮਾਤਾ ਸੁੰਦਰੀ ਜੀ ਕੋਲੇ, ਤੇ ਉਹਨਾਂ ਬਕਾਇਦਾ ਤੌਰ ਤੇ ਇਹਦਾ ਸਪਸ਼ਟੀਕਰਨ ਮੰਗਿਆ ਸੀ ਪੱਤਰ ਲਿਖ ਕੇ ਜੀ, ਤੇ ਤੈਨੂੰ ਕੋਈ ਅਧਿਕਾਰ ਨੀ ਗੁਰੂ ਘਰ ਦਾ ਖਜ਼ਾਨਾ ਲਟਾਉਣ ਦੀ। ਉਹਨਾਂ ਜੋ ਜਵਾਬ ਦਿੱਤਾ ਸੀ ਉਹ ਕਿਤੇ ਫਿਰ ਡਿਸਕਸ ਕਰਾਂਗੇ ਆਪਾਂ ਜੀ। ਉਹੀ ਜੇ ਸਰਸਾ ਸਾਹਿਬ ਤੁਸੀਂ ਇਹ ਚੌਂਕੀਦਾਰ ਹੋ, ਇਹਦੇ ਚੋਰ ਬਣ ਕੇ ਲਟਾਓ ਨਾ ਨੀ ਜਾਂ ਲੁੱਟੋ ਨਾ ਇਹਨੂੰ, ਤੁਸੀਂ ਇਹ ਚੌਂਕੀਦਾਰ ਪੂਰਾ ਕਰੋ, ਇਹ ਗੁਰੂ ਘਰ ਦੀ ਜਾਇਦਾਦ, ਤੁਹਾਨੂੰ ਕੋਈ ਅਧਿਕਾਰ ਨੀ ਕੋਈ ਫੈਸਲਾ ਕਰਨ ਦਾ, ਇਹਦੇ ਤੇ ਜੋ ਫੈਸਲਾ ਲੈਣਾ ਸੰਗਤ ਨੇ ਲੈਣਾ ਵਾ, ਸੰਗਤੀ ਰੂਪ ਚ ਲੈਣਾ ਵਾ। ਤੁਸੀਂ ਬਿਆਨ ਦੇ ਕੇ ਹੁਣ ਕਹਿਣ ਡੇ ਜੀ ਮੇਰੇ ਬਿਆਨ ਨੂੰ ਉਲਟ ਪੁਲਟ ਕਰਕੇ ਪੇਸ਼ ਕੀਤਾ ਗਿਆ, ਤੁਹਾਡੀ ਆਵਾਜ਼ ਹੈਗੀ ਉਹ ਚ, ਤੁਹਾਡੀ ਜਗ੍ਹਾ ਹੋਰ ਤੋਂ ਕੋਈ ਬੋਲਦਾ ਨੀ ਕਿ ਤੁਸੀਂ ਬੋਲ ਰਹੇ ਹੋ ਜੀ। ਇਸ ਕਰਕੇ ਜਦੋਂ ਵੀ ਤੁਸੀਂ ਬੋਲਦੇ ਹੋ ਉਦੋਂ ਕਹਿੰਦੇ ਮੁਰਦਾ ਬੁੱਲ ਦੇ ਖੱਪਣ ਪਾੜੂ, ਤੁਸੀਂ ਕੰਮ ਕਰਦੇ ਹੋ, ਘੱਟੋ ਘੱਟ ਸੋਚ ਲਿਆ ਕਰੋ, ਕਾਹਲੀ ਨਾ ਕਰਿਆ ਕਰੋ, ਦਿਹਾੜੀ ਖਲੋ ਕੇ ਬਿਆਨ ਦੇ ਦਿਆ ਕਰੋ, ਕਿਸੇ ਸਿਆਣੇ ਬੰਦੇ ਪੁੱਛ ਲਿਆ ਕਰੋ ਜੀ 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 ਜੀ। ਅੱਜ ਤੁਸੀਂ ਤੋਏ ਤੇ ਸਹੀ ਦੁਨੀਆਂ ਦੀ ਕਰਾਈ ਆ, ਦੁਨੀਆਂ ਚ ਕਰਾਈ ਆਪਣੀ ਜੀ। ਆਪਾਂ ਇੱਕ ਜੀ ਦੋ ਕਾਲਾਂ ਲੈ ਲਈਏ ਜੀ, ਪਹਿਲਾਂ 9964-10-666 ਦੇ ਉੱਤੇ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਸਰ। ਸਤਿ ਸ੍ਰੀ ਅਕਾਲ ਜੀ ਜੀ, ਸਤਿ ਸ੍ਰੀ ਅਕਾਲ ਜੀ। ਲੜਾਈ ਸ਼ੁਰੂ ਹੋਈ ਸੀ ਗੋਲਵਾੜ ਤੋਂ ਹੋਈ ਸੀ ਅੰਮ੍ਰਿਤਸਰ ਕੋਲ, ਇੱਕ ਤਾਂ ਇਹ ਐਡ ਕਰਨਾ ਚਾਹੁੰਦਾ ਸੀ ਮੈਂ ਜੀ। ਦੂਸਰੀ ਸਰ ਜਿਹੜਾ ਉਹਨਾਂ ਦਾ ਬਰਥ ਪਲੇਸ ਸੀ, ਜਦੋਂ ਡੇਲੋ ਤੋਂ ਆਪਾਂ ਸਾਹਨੇਵਾਲ ਨੂੰ ਜਾਈਏ 4 ਕਿਲੋਮੀਟਰ ਅੱਗੇ ਇੱਕ ਗੁਰਮਾ ਪਿੰਡ ਆਉਂਦਾ, ਹਾਂਜੀ ਉੱਥੇ ਦੇ ਸੀ ਉਹਨਾਂ ਨੇ ਜਿਹੜਾ ਬਣਾਇਆ ਨਾ ਗੇਟ, ਉਹਦੇ ਅੱਗੇ ਉਹਨਾਂ ਦਾ ਸਟੈਚੂ ਵੀ ਬਣਾ ਕੇ ਲਾਇਆ। ਦੂਜਾ ਤੀਜਾ ਕੇਸ ਹੁਣ ਪਹੁੰਚ ਗਿਆ ਹੈ, ਇਸ ਬਾਰੇ ਕੀ ਕਰਨ ਦੇ ਸ਼੍ਰੋਮਣੀ ਕਮੇਟੀ ਦਾ 3000 ਨੀਰਾ ਤਾਰਾ ਦਾ ਕੇਸ ਸੁਪਰੀਮ ਕੋਰਟ ਹੀ ਚੱਲ ਰਿਹਾ, ਪਹਿਲੀ ਗੱਲ ਤੇ ਤੁਸੀਂ ਜਿਹੜੀ ਗੱਲ ਕੀਤੀ ਆ ਕੇਸ ਦੀ ਜੀ, ਉਹ ਮੇਰੇ ਖਿਆਲ 1990 ਦੇ ਵਿੱਚ ਟੌੜਾ ਸਾਹਿਬ ਦੇ ਟਾਈਮ ਤੇ ਕੇਸ ਕੀਤਾ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ, ਸਾਕਾ ਨੀਲਾ ਤਾਰਾ ਦੇ ਵਿੱਚ ਸਾਡਾ 1000 ਕਰੋੜ ਰੁਪਏ ਦਾ ਨੁਕਸਾਨ ਹੋਇਆ ਜੀ। ਉਹਦੀ ਭਰਪਾਈ ਕੀਤੀ ਜਾਵੇ, ਉਹ ਕੇਸ ਚੱਲਦਾ ਗਿਆ ਚੱਲਦਾ ਗਿਆ, ਤੇ 2010 ਦੇ ਵਿੱਚ ਆ ਕੇ ਉੱਤੇ ਆਬਜੈਕਸ਼ਨ ਲੱਗ ਗਿਆ, ਭਾਈ ਤੁਸੀਂ ਕੋਰਟ ਫੀਸ ਤੇ ਭਰੀ ਨੀ। ਉਦੋਂ ਮੇਰੇ ਖਿਆਲ 10 ਕਰੋੜ 1 ਕਰੋੜ ਮੈਨੂੰ ਯਾਦ ਨੀ ਕਿੰਨੇ ਕਰੋੜਾਂ ਚ ਸੀਗੀ ਉਹਦੀ ਫੀਸ ਭਰੀ ਗਈ, ਕੇਸ ਚੱਲਦਾ, ਅੱਜ 10 ਸਾਲ ਹੋ ਗਏ ਕੇਸ ਚੱਲਦੇ ਨੂੰ, ਅਜੇ ਤੱਕ ਉਹਦਾ ਕੁਛ ਬਣਿਆ ਨਹੀਂ ਜੀ। ਬਣਨਾ ਤਾਜ਼ੀ ਆ ਵੀ ਚੰਗੇ ਵਕੀਲ ਕਰਕੇ ਪਿੱਛੇ ਪੈਰਵਾਈ ਕੀਤੀ ਜਾਵੇ, ਜੇ ਤੁਸੀਂ ਉਹਨੂੰ ਸਾਰਾ ਕਿਸੇ ਜਿਹੜਾ ਸਾਡਾ ਅਕਾਊਂਟੈਂਟ ਕਿਸੇ ਜਿਹੜਾ ਹੈਗਾ ਬੰਦਾ ਵਾ ਚਾਰਟਰਡ ਅਕਾਊਂਟੈਂਟ, ਉਹ ਹਿਸਾਬ ਕਰਾ ਕੇ ਵੇਖ ਲਓ ਜੀ, ਅੱਜ ਸਾਰਾ ਉਹ ਸਾਰਾ ਖਰਚਾ ਪਾ ਕੇ ਉਹਦਾ ਵਿਆਜ ਪਾ ਕੇ ਸਭ ਕੁਝ ਪਾ ਕੇ ਅੱਜ ਦੀ ਡੇਟ 'ਚ ਉਹ 32,000 ਕਰੋੜ ਰੁਪਇਆ ਬਣਦਾ ਵਾ ਜੀ। ਤੁਹਾਨੂੰ ਪਤਾ ਹੋਏਗਾ ਉਹ ਜਿਹੜਾ ਟਾਈਮ ਵਾਲੇ ਹੈਗੇ ਨੇ ਬਲਵਿੰਦਰ ਸਿੰਘ ਪਟੈਣ, ਉਹਨਾਂ ਨੇ ਵੀ ਬਰਾਬਰ ਪਾਰਟੀ ਬਣਨ ਦੀ ਕੋਸ਼ਿਸ਼ ਕੀਤੀ ਉਹਦੇ 'ਚ ਵੀ ਸਾਨੂੰ ਪਾਰਟੀ ਬਣਾਇਆ ਜਾਵੇ, ਅਸੀਂ ਵੀ ਦੇਖਾਂ ਹਾਂਜੀ। ਲੇਕਿਨ ਉਹਦੇ ਵਿੱਚ ਹਾਲ ਦੀ ਕੜੀ ਉਹਨਾਂ ਦੀ ਤਰੀਕ 20 ਜੂਨ ਪਈ ਆ, ਉਹਦੇ ਬਾਰੇ 20 ਜੂਨ ਨੂੰ ਫੈਸਲਾ ਹੋਏਗਾ ਵੀ ਕੀ ਕਰਨਾ, ਲੇਕਿਨ ਮੈਨੂੰ ਲੱਗਦਾ ਵੀ ਉਸ ਕੇਸ ਦਾ ਸਾਡੇ ਉਹ ਨੁਕਸਾਨ ਜਿਹੜਾ ਹੋਣਾ ਉਹ ਵੀ ਗਿਆ, ਜਿਹੜੇ 80 ਕਰੋੜਾਂ ਰੁਪਏ ਦੇ ਮੁੜ ਕੇ ਫੀਸ ਭਰੀ ਸਾਡੀ ਉਹ ਵੀ ਗਈ, ਵਕੀਲਾਂ ਨੂੰ ਪੈਸੇ ਦਿੱਤੇ ਉਹ ਵੀ ਗਏ, ਸਾਡਾ ਸਭ ਕੁਝ ਹੀ ਉਹ ਸਮੈਸ਼ ਹੋ ਜਾਣਾ, ਕਿਉਂਕਿ ਕਦੀ ਵੀ ਕਿਸੇ ਪ੍ਰਧਾਨ ਜਾਂ ਸ਼੍ਰੋਮਣੀ ਕਮੇਟੀ ਦੇ ਉੱਤੇ ਕਦੀ ਕੋਈ ਇੰਟਰਸਟ ਨਹੀਂ ਲਿਆ। ਹੁਣ ਜਿਹੜੀ ਦੂਸਰੀ ਗੱਲ ਤੁਸੀਂ ਕੀਤੀ ਕਮੇਟੀ ਦੀ, ਕਮੇਟੀ ਬਾਰੇ ਆਪਾਂ ਅੱਗੇ ਵੀ ਕਈ ਵਾਰੀ ਕਹਿ ਚੁੱਕੇ ਜੀ, ਸ਼੍ਰੋਮਣੀ ਕਮੇਟੀ ਦੀਆਂ ਕਮੇਟੀਆਂ ਬਣਦੀਆਂ, ਉਹ ਸਬ ਕਮੇਟੀਆਂ ਬਣਦੀਆਂ ਜੀ,
ਸਬ ਕਮੇਟੀ ਦਾ ਮਤਲਬ ਹੁੰਦਾ ਵੀ ਜੇ ਤੇ ਬੰਦਾ ਅੱਗੇ ਆਪਣਾ ਫਸਿਆ ਤੇ ਫਿਰ ਸਭ ਕੁਝ ਮਿੱਟੀ ਕਰ ਦਿਓ। ਤੇ ਬੜੇ ਅਫਸੋਸ ਦੀ ਗੱਲ ਵੀ ਜਦੋਂ ਦੇ ਸਾਡੇ ਮਾਨਯੋਗ ਬੇਬੀ ਜਹਿਦਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਆਪਣੀ ਸੀਟ ਤੇ ਬੈਠੇ ਉਹਨਾਂ ਕਮੇਟੀਆਂ ਬਣਾਉਣ ਤੋਂ ਸਿਵਾਏ ਅੱਜ ਤੱਕ ਕੋਈ ਸਾਰੂ ਕੰਮ ਨਹੀਂ ਕੀਤਾ ਜੀ। ਅੱਜ ਤੱਕ ਦੱਸ ਰਹੀ ਵੀ ਇੱਕ ਵੀ ਕੰਮ ਕੀਤਾ ਹੋਵੇ। ਇਹ ਮਾਰਚ ਮਹੀਨੇ ਦੇ ਵਿੱਚ ਇਹਨਾਂ ਨੇ ਇੱਕ ਬੁਲਾਏ ਸੀ ਦਿੱਲੀ ਦੇ ਪ੍ਰਧਾਨ, ਸਾਬਕਾ ਪ੍ਰਧਾਨ ਬਣਾਏ, ਮੌਜੂਦਾ ਪ੍ਰਧਾਨ ਬਣਾਏ ਜੀ। ਉਹਦੇ ਵਿੱਚ ਬਚਾਉਣਾ ਸੀ ਸਰਸੇ ਨੂੰ ਬਸ, ਕਿਉਂਕਿ ਸਰਸੇ ਨੇ ਜਿਹੜੀ ਨਗਰ ਕੀਰਤਨ ਪਾਕਿਸਤਾਨ ਗਿਆ ਸੀ ਉਹਦੇ ਵਿੱਚ ਆਦੇਸ਼ ਕੀਤਾ ਗਿਆ ਸੀ ਇੱਥੋਂ ਵੀ ਜੋ ਕੁਛ ਤੁਹਾਡੇ ਕੋਲ ਆਇਆ ਵਾ, ਸੰਗਤਾਂ ਦਾ ਪੈਸਾ ਆਇਆ ਵਾ, ਸੋਨਾ ਆਇਆ ਵਾ, ਉਹਦੇ ਬਕਾਇਦਾ ਤੌਰ ਤੇ ਫਲੈਕਸ ਬੋਰਡ ਬਣਾ ਕੇ ਜਿੱਥੇ ਜਿੱਥੇ ਸਿੱਖ ਆਬਾਦੀ ਉੱਥੇ ਲਾਏ ਜਾਣ ਵੀ ਸਾਡੇ ਕੋਲ ਆਹ ਆਇਆ ਤੇ ਸਾਡੇ ਕੋਲ ਆਹ ਹਿਸਾਬ ਕਿਤਾਬ ਜੀ। ਤੇ ਉਹਦੇ ਬੋਰਡ ਦੇ ਫਲੈਕਸ ਜੁੜੇ ਸੀ ਤੁਹਾਡੇ ਆਪਣੇ ਦਫ਼ਤਰ ਦੇ ਵੀ ਕਿਹੜੇ ਕਿਹੜੇ ਲਗਾਏ ਜਾਣ, ਉਹ ਲਗਾਏ ਨਹੀਂ ਗਏ ਜੀ। ਉਹ ਫਿਰ ਸ਼ਿਕਾਇਤ ਬੁਲਗੀ ਅਕਾਲ ਤਖ਼ਤ ਤੇ, ਅਕਾਲ ਤਖ਼ਤ ਨੇ ਬੁਲਾ ਲਿਆ ਮਨਜੀਤ ਸਿੰਘ ਜੀਕੇ ਨੂੰ ਬੁਲਾ ਲਿਆ, ਸਰਸੇ ਨੂੰ ਬੁਲਾ ਲਿਆ, ਸਰਮਿਆਂ ਨੂੰ ਬੁਲਾ ਲਿਆ। ਹੁਣ ਮਨਜੀਤ ਸਿੰਘ ਜਥੇਦਾਰ ਨੂੰ ਕਹਿਤਾ ਵੀ ਤੈਨੂੰ ਬਚਾ ਦੇਊਂਗਾ ਲੇਕਿਨ ਤੂੰ ਬੋਲਣਾ ਨੀ, ਜੇ ਤੂੰ ਉੱਥੇ ਬੋਲਣ ਲੱਗ ਪਿਓ ਤੈਨੂੰ ਸਰਿਆਂ ਨੇ ਢਾ ਲੈਣਾ ਹੀ ਜੀ। ਉਹ ਤੇਰਾ ਬੜੀ ਬੜਾ ਚੁੱਕੀ ਫਿਰਦਾ ਹੀ। ਚਲੋ ਉਹ ਨਹੀਂ ਬੋਲਿਆ, ਇਹਨਾਂ ਨੇ ਕਹਿਤਾ ਵੀ ਸਰਿਆਂ ਨੇ ਕਿਹਾ ਵੀ ਸਮੇਂ ਅਸੀਂ ਇਹਨਾਂ ਦੀ ਗੱਲ ਨੀ ਕਰਦੇ, ਸਾਡੀ ਟਨਿਓਰ ਦੀ ਵੀ ਤੁਸੀਂ ਜਾਂਚ ਕਰਾ ਦਿਓ ਕਮੇਟੀ ਬਣਾ ਕੇ ਜੀ, ਅਸੀਂ ਕੋਈ ਠੱਗੀ ਮਾਰ ਗਏ ਜੀ। ਨਾਲੇ ਸਪਸ਼ਟ ਹੋਜੂ, ਸਾਨੂੰ 6 ਸਾਲ ਤੋਂ ਭੰਡਦੇ ਹਨ ਇਹਨਾਂ ਨੂੰ, ਠੱਗੀ ਮਾਰ ਗਈ, ਚੋਰੀ ਕਰਕੇ, ਫਲਾਣਾ ਕਰੇ, ਗੱਲ ਸਪਸ਼ਟ ਹੋਜੂਗਾ ਜੀ। ਜਥੇਦਾਰ ਨੇ ਕਿਹਾ ਵੀ ਵਿਧ ਨੇ ਵੀ ਇੱਕ ਕਮੇਟੀ ਬਣਾਈ ਜਾਊਗੀ, ਤੇ ਉਦੋਂ ਮੈਂ ਜਥੇਦਾਰ ਨੂੰ ਕਹਿ ਗਿਆ ਸੀ, ਮੈਂ ਕਹਿੰਦੀ ਸ਼੍ਰੋਮਣੀ ਜੇ ਕਮੇਟੀ ਤੁਸੀਂ ਬਣਾਉਣੀ ਨਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਬਣਾਇਓ, ਨਾ ਦਿੱਲੀ ਕਮੇਟੀ ਦੇ ਮੈਂਬਰ ਨਹੀਂ ਬਣਾਇਓ ਜੀ, ਕਮੇਟੀ ਬਣਾਉਣੀ ਹੈ ਤੇ ਵਿਦਵਾਨਾਂ ਦੀ ਬਣਾਇਓ, ਇਤਿਹਾਸਕਾਰਾਂ ਦੀ ਬਣਾਇਓ, ਕੋਈ ਜਿਹੜੇ ਜਾਣਕਾਰ ਨੇ ਅਕਾਊਂਟ ਸੈਕਸ਼ਨ ਦੇ ਉਹਦੀ ਬਣਾਇਓ ਤੁਸੀਂ। ਉਹਨਾਂ ਕਹਿੰਦੀ ਬਿਲਕੁਲ ਠੀਕ ਹੈ, ਅਸੀਂ ਉਹਨਾਂ ਦੀ ਕਮੇਟੀ ਬਣਾਵਾਂਗੇ ਜੀ। ਇੱਕ ਹਫ਼ਤੇ ਤੋਂ ਬਾਅਦ ਤੁਸੀਂ ਮਾਰਚ ਤੋਂ ਲੈ ਕੇ ਅੱਜ ਵੇਖੋ, ਹੁਣ ਮਈ ਵੀ ਲੰਘ ਚੱਲਿਆ, ਅਜੇ ਤੱਕ ਉਹ ਕਮੇਟੀ ਨਹੀਂ ਬਣੀ ਜੀ। ਪਿੱਛੇ ਜਿੰਨਾ ਕਹਿਤਾ ਜੀ ਕਰੋਨੀ ਦੀ ਗੱਲ ਆ ਗਈ, ਵੀ ਜੇ ਕਰੋਨੀ ਦੀ ਗੱਲ ਹੈਗੀ ਤੁਹਾਡੇ ਦਫ਼ਤਰ ਤੱਕ ਨੂੰ ਅੜ ਗਿਆ, ਤੁਸੀਂ ਕਮੇਟੀ ਅਨਾਊਂਸ ਕਰੋ, ਆਪੇ ਆਪਣੇ ਚਲੇ ਜਾਣਗੇ ਕਮੇਟੀ ਵਾਸਤੇ, ਨਹੀਂ ਜਾਣਗੇ ਜਦੋਂ ਜਾਣਗੇ ਵੇਖੀ ਜਾਓ। ਹੁਣ ਮੇਰੀ ਜਾਣਕਾਰੀ ਮੁਤਾਬਕ ਵੀ ਜਥੇਦਾਰ ਕਮੇਟੀ ਬਣਾਉਣ ਤੋਂ ਤਿਆਰ ਨਹੀਂ, ਲੇਕਿਨ ਉਹਨੂੰ ਉਤਲੇ ਪਾਸੋਂ ਲੱਗਦਾ ਵੀ ਆ ਜਿਹੜੇ ਆਰਡਰ ਪਾਈ ਤੁਸੀਂ ਚੁੱਪ ਕਰਕੇ ਬਹਿ ਜਾ ਜੀ। ਪਰ ਅਫਸੋਸ ਇਸ ਗੱਲ ਦਾ ਵਾ, ਜੇ ਜਥੇਦਾਰਾਂ ਵੀ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਜੀ, ਜੇ ਜਥੇਦਾਰਾਂ ਨੇ ਵੀ ਅਕਾਲ ਤਖ਼ਤ ਦੇ ਚਰਨਾਂ ਚ ਬੈਠ ਕੇ ਝੂਠ ਬੋਲਣਾ ਤੇ ਪਿੱਛੇ ਸੱਚ ਬੋਲਣ ਵਾਸਤੇ ਕਿਹਨੂੰ ਕਹੋਗੇ ਤੁਸੀਂ, ਕੀ ਸਿੱਖਿਆ ਦਿਓਗੇ ਤੁਸੀਂ? ਇਸ ਕਰਕੇ ਜਥੇਦਾਰ ਸਾਹਿਬ ਅੱਗੇ ਬੇਨਤੀ ਆ, ਇਹਨਾਂ ਦੋਵਾਂ ਕਸ਼ਟਾਂ ਵਾਸਤੇ ਨਿੱਜੀ ਤੌਰ ਤੇ ਇੰਟਰਸਟ ਲੈਣ, ਇੱਕ ਤੇ ਕਮੇਟੀ ਜਿਹੜੀ 43 ਕਮੇਟੀ ਬਣਾਉਣੀ ਸੀ ਉਹ ਬਣਾਉਣ, ਇੱਕ ਜਿਹੜਾ ਹੁਣ ਤੱਕ ਸਾਡਾ ਕੇਸ ਸੁਪਰੀਮ ਕੋਰਟ ਦੇ ਸਾਡੇ ਨੁਕਸਾਨ ਦਾ ਹੈਗਾ ਉਹਦੀ ਭਰਪਾਈ ਦੀ ਜਿਹੜੀ ਕੇਸ ਚੱਲ ਰਿਹਾ ਉਹਦੀ ਪੈਰਵੀ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਰ ਕਰਨ, ਦਬਾਅ ਪਾਉਣ ਵੀ ਸਹੀ ਤਰੀਕੇ ਨਾਲ ਪੈਰਵੀ ਕੀਤੀ ਜਾਵੇ। ਤੇ ਇਸ ਕਰਕੇ ਜਥੇਦਾਰ ਸਾਹਿਬ ਅੱਗੇ ਬੇਨਤੀ ਆ, ਅਪੀਲ ਵੀ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ, ਹੱਥ ਵੀ ਜੋੜਦੇ ਵੀ ਜਥੇਦਾਰ ਜੀ ਤੁਸੀਂ ਜਥੇਦਾਰ ਕੌਮ ਦੇ ਜੇ ਜੀ ਜੀ, ਕਿਸੇ ਇੱਕ ਵਿਅਕਤੀ ਇੱਕ ਪਾਰਟੀ ਜਾਂ ਇੱਕ ਪਰਿਵਾਰ ਦੇ ਨਹੀਂ, ਜਥੇਦਾਰ ਹੀ ਰਵੇ ਨਾ ਰਵੇ, ਗਿਆਨੀ ਜੋਗਿੰਦਰ ਸਿੰਘ ਵਿਦਾਤੀ ਨੂੰ ਕਰੋ ਕਿ ਅਸੀਂ ਸੱਚ ਬੋਲਣਾ ਲਾਉਣਾ ਲਾ ਦੇ, ਕੋਈ ਗੱਲ ਨਹੀਂ ਹੈਗੀ, ਆ ਵੇਖੀ ਜਾਊਗੀ ਐਡੀ ਕਿੱਡੀ ਗੱਲ ਹੈ ਜੀ। ਤੇ ਬਾਕੀ ਆਪਾਂ ਗੱਲ ਕਰੀਏ ਤਾਂ ਤੁਸੀਂ ਯਾਦ ਹੋਣਾ ਕਿ ਜਿਹੜੇ ਅਖੰਡ ਪਾਠਾਂ ਦਾ ਸੀਗਾ ਕਿ ਅਖੰਡ ਪਾਠ ਦੀ ਬੜੀ ਚਰਚਾ ਹੁੰਦੀ ਸੀ ਕਿ ਲੋਕਾਂ ਨੇ ਵਪਾਰ ਬਣਾ ਲਿਆ ਕਿ ਆਓ ਨਾ ਆਓ, ਤਰੀਕ ਦੇ ਤੀ ਮੋਬਾਈਲ ਦੇ ਉੱਤੇ, ਤੁਸੀਂ ਹੁਕਮਨਾਮਾ ਸੁਣ ਲਓ ਮੋਬਾਈਲ 'ਤੇ ਕਰ ਲਓ, ਇਹਦਾ ਬੜਾ ਵਿਚਾਰ ਹੋਇਆ ਸੀਗਾ, ਹੁਣ ਇਹਦਾ ਕੀ ਬਣ ਰਿਹਾ ਜੀ ਅਖੰਡ ਪਾਠਾਂ ਦਾ ਜਿਹੜੇ ਸ਼੍ਰੋਮਣੀ ਕਮੇਟੀ? ਵੇਖੋ ਜੀ, ਜਿੱਥੋਂ ਤੱਕ ਸਾਡੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇੱਕ ਬਿਆਨ ਦਿੱਤਾ ਵੀ ਜੇ ਅਖੰਡ ਪਾਠ ਸਿਰਫ ਉਹਨਾਂ ਦੇ ਬੁੱਕ ਕੀਤੇ ਜਾਣਗੇ ਜਿਹੜੇ ਭੋਗ ਸਮਾਗਮ ਵਰੇ ਆਪਣੀ ਹਾਜ਼ਰੀਆਂ ਭਰਨਗੇ ਜੀ, ਚੰਗੀ ਗੱਲ, ਉਹਦੇ 2-3 ਗੱਲਾਂ ਦਾ ਬਚਾਅ ਹੋਊਗਾ ਜੀ। ਪਹਿਲੀ ਗੱਲ ਤੇ ਇਹ ਬਚਾਅ ਹੋਊਗਾ ਵੀ ਪਿੱਛੇ ਜੇ ਅਖੰਡ ਪਾਠੀ ਕਲਰਕ ਨੇ ਕੀ ਕੀਤਾ, ਆਪਣੇ ਖਾਤੇ ਚ ਪਰਸਨਲ ਖਾਤੇ ਚ ਲੋਕਾਂ ਤੋਂ ਪੈਸੇ ਮੰਗਾਏ। ਅੱਛਾ ਜੀ, ਲੱਖਾਂ ਰੁਪਏ ਆਪਣੇ ਖਾਤੇ ਚ ਮੰਗਾਏ, ਇੰਨੇ ਪੈਸੇ ਮੇਰੇ ਖਾਤੇ ਚ ਭੇਜ ਦਿਓ, ਤੁਹਾਡਾ ਕੱਲ ਅਖੰਡ ਪਾਠ ਰਖਾ ਦੇਂਗੇ ਜੀ। ਉਹ ਕੋਈ ਆਉਂਦਾ ਤੇ ਹੈ ਨੀ, ਤੁਸੀਂ ਮੇਰਾ ਅਖੰਡ ਪਾਠ ਰੱਖਿਆ, ਮੇਰਾ ਹੀ ਹੁਕਮ ਉਹਨਾਂ ਨੂੰ ਭੇਜਤਾ, ਦੂਜੇ ਹੁਕਮ ਭੇਜਤਾ, 4-5 ਹੁਕਮ ਨੇ ਸਾਰੇ ਭੇਜ ਦਿੱਤੇ। ਅਖੰਡ ਪਾਠ ਇੱਕ ਆ ਤੇ ਮਾਇਆ ਚਾਰ ਪੰਜ ਬੰਦਿਆਂ ਕੋਲ ਲੈ ਲਈ। ਅੱਛਾ, ਪਹਿਲੀ ਗੱਲ, ਉਹਨੂੰ ਉਸ ਬੰਦੇ ਨੂੰ ਕੋਈ ਅਧਿਕਾਰ ਨਹੀਂ ਸੀਗਾ ਵੀ ਉਹ ਬੰਦਾ ਜਿਹੜਾ ਸੀ ਇਹ ਆਪਣੇ ਜਿਹੜੇ ਸੀ ਉਹ ਖੰਡ ਪਾਠ ਦੇ ਪੈਸੇ ਆਪਣੇ ਖਾਤੇ 'ਚ ਮੁਕਾਉਂਦਾ ਜੀ। ਉਹ ਕਹਿੰਦਾ ਜੀ ਸ਼੍ਰੋਮਣੀ ਕਮੇਟੀ ਨੂੰ ਭੇਜੋ, ਉਹਨਾਂ ਦੇ ਖਾਤੇ 'ਚ ਭੇਜੋ, ਅਸੀਂ ਤੁਹਾਨੂੰ ਰਸੀਦ ਕੱਢਕੇ ਭੇਜ ਦਿਆਂਗੇ ਜੀ, ਤੁਹਾਨੂੰ ਦੱਸ ਦਿਆਂਗੇ ਤੁਹਾਡਾ ਖੰਡ ਪਾਠ ਕਦੋਂ ਹੋਣਾ। ਦੂਸਰੀ ਚੀਜ਼ ਜੀ,
ਹੁਣ ਇਹ ਜਦੋਂ ਹੁੰਦਾ ਖੰਡ ਪਟ ਹੁੰਦਾ ਕੋਈ ਸੁਣਦਾ ਹੈ ਨੀ, ਜੇ ਸੁਣਦਾ ਨੀ ਖੰਡ ਪਟ ਕਰਾਉਣ ਦਾ ਕੀ ਫਾਇਦਾ ਜੀ? ਤੁਸੀਂ ਆਪਣੇ ਘਰ ਚ ਕਰਾਓ, ਜੇ ਨਹੀਂ ਤੁਸੀਂ ਆਪਣੇ ਲਾਗਲੇ ਹੋਰ ਗੁਰਦੁਆਰੇ ਚ ਕਰਾ ਲਓ, ਤੁਸੀਂ ਇੱਕੋ ਹੀ ਤੁਹਾਨੂੰ ਤਸੱਲੀ ਹੁੰਦੀ ਪਰ ਅਸੀਂ ਦਰਬਾਰ ਸਾਹਿਬ ਜਾ ਕੇ ਖੰਡ ਪਟ ਕਰਾਇਆ ਜੀ ਅਸੀਂ। ਪਹਿਲੀ ਅਪ੍ਰੈਲ ਤੋਂ ਭੇਟਾ ਵੀ ਉਹਨਾਂ 81 ਤੋਂ ਵਧਾ ਕੇ 85 ਚੋਂ ਕਰ ਦਿੱਤੀ ਹੈ। ਅੱਛਾ ਜੀ, ਇਹ ਸਾਲ ਤੱਕ ਮੈਂ 10 ਸਾਲ ਤੱਕ ਪਹੁੰਚ ਸਕਦੀ ਹੂੰ। ਹੁਣ ਜੇ ਲੌਂਗੋਵਾਲ ਸਾਹਿਬ ਨੇ ਫੈਸਲਾ ਲਿਆ, ਚੰਗੀ ਗੱਲ ਆ ਕਿ ਖੰਡ ਪਟ ਉਹਦਾ ਬੁੱਕ ਕੀਤਾ ਜਾਵੇ ਜਿਹੜਾ ਭੋਗ ਸਮੇਂ ਆਪ ਹਾਜ਼ਰ ਹੋਏ ਮੌਕੇ ਤੇ ਜੀ। ਇੱਕ ਤੇ ਉਹ ਜਿਹੜੀ ਹੇਰਾਫੇਰੀ ਹੁੰਦੀ ਉਹ ਬਚਜੂ ਜੀ, ਦੂਸਰੀ ਚੀਜ਼ ਲੋਕਾਂ ਦੀ ਹਾਜ਼ਰੀ ਆ, ਲੋਕਾਂ ਨੂੰ ਪਤਾ ਲੱਗੂ ਸਾਡਾ ਖੰਡ ਪਟ ਰਖਾਇਆ ਸੀ, ਆ ਭੋਗ ਪਿਆ, ਹੁਕਮ ਨੂੰ ਆਇਆ। ਤੀਸਰੀ ਚੀਜ਼ ਜਿਹੜੀ ਗੱਲ ਇਹਨਾਂ ਦੀ ਹੈਗੀ ਆ ਜੀ, ਖੰਡ ਪਾਠੀਆਂ ਨੂੰ ਖੰਡ ਪਾਠੀਆਂ ਨੂੰ ਥੋੜ੍ਹਾ ਜਿਹਾ ਆਪ ਆ ਰਹੇ ਨੇ, ਸਾਡੀ ਜਿਹੜੀ ਪਾਰਟੀ ਆਪ ਆ ਰਹੀ ਹੈ ਜਿਹਨੇ ਖੰਡ ਪਟ ਰਖਾਇਆ, ਤੇ ਸਹੀ ਵੇਟ ਕਰ ਲਈਏ, 5 ਮਿੰਟ ਕਰ ਲਈਏ, 10 ਮਿੰਟ ਕਰ ਲਈਏ, ਉਹ ਕਹਿਣਗੇ ਵੀ ਭਾਈ ਤੁਸੀਂ ਫਲਾਣੀ ਚੀਜ਼ ਲੈ ਆਓ, ਢਿੰਗੜੀ ਚੀਜ਼ ਲੈ ਆਓ, ਉਂਗਲੀ ਲੈ ਆਓ, ਉਹ ਆਪਣੀ ਮਰਜ਼ੀ ਨਾਲ ਕੇ ਲੈ ਆਉਣਗੇ ਤੇ ਨਾਲ 4 ਪੈਸੇ ਪਾਠੀਆਂ ਦੇ ਵੀ ਬਣ ਜਾਣਗੇ। ਪਾਠੀ ਦੇ ਪੈਸੇ ਕਿਵੇਂ ਬਣਦੇ ਵੀ ਤੁਹਾਨੂੰ ਦੱਸ ਦਿੰਦੇ ਹੁਣ। ਅੱਛਾ ਜੀ, ਪਾਠੀ ਜਦੋਂ ਖੰਡ ਪਾਠ ਦਾ ਭੋਗ ਪਾਉਂਦੇ ਆ, ਜਿਹੜੀ ਖੰਡ ਪਾਠ ਦੇ ਭੋਗਾਂ ਦੀ ਡਿਊਟੀ ਲੱਗਦੀ ਉਹ ਪੈਸੇ ਦੇ ਕੇ ਲੱਗਦੀ ਆ। ਅੱਛਾ ਜੀ, ਐਵੇਂ ਨੀ ਲੱਗਦੀ, ਉਹ ਤੁਹਾਨੂੰ ਇੰਚਾਰਜ ਖੰਡ ਪਾਠੀਆਂ ਨੂੰ ਪੈਸੇ ਦੇਣੇ ਪੈਂਦੇ, ਭਾਈ ਮੇਰੀ ਡਿਊਟੀ ਦੀ ਭੋਗ ਤੇ ਲਾ ਦੇ, ਕਿਉਂਕਿ ਮੈਂ ਉਹ ਜਿਹੜਾ ਕੋਈ ਜਿਹੜਾ ਆਊਗਾ ਭੋਗ ਵਾਲਾ ਉਹਦੇ ਕੋਲ 4 ਪੈਸੇ ਲੈ ਲੂੰਗਾ। ਲੋਕੀ ਖੁਸ਼ ਹੋ ਕੇ ਵੀ ਤੂੰ 85 ਰੁਪਇਆ ਦਿੱਤਾ, 1500 ਦੇ ਦੋ, ਕੀ ਬਣ ਲੱਗਾ ਉਹ ਦੇ ਦਿੰਦੇ, ਲੋਕੀ ਖੁਸ਼ ਹੋ ਕੇ ਮਤਲਬ ਉਹਦੇ ਵੀ ਤੁਹਾਨੂੰ ਜਿਹੜੇ ਪੈਸੇ ਨੇ ਉਹ ਵੀ ਤੁਹਾਨੂੰ ਜਿਹੜੀ ਡਿਊਟੀ ਉਹ ਪੈਸੇ ਦੇ ਕੇ ਲਾਉਣੀ ਪੈਂਦੀ ਹੈ ਜੀ। ਉੱਥੇ ਹੁਣ ਜਿਹੜੀ ਜਹਿਦਾ ਸਾਹਿਬ ਨੇ ਗੱਲ ਲੌਂਗੋਵਾਲ ਸਾਹਿਬ ਨੇ ਗੱਲ ਕੀਤੀ ਆ, ਇਹ ਉਹਨਾਂ ਚੰਗਾ ਕੀਤਾ ਵੀ ਨਾ ਜਿਹੜੇ ਪਾਠੀ ਵਿਚਾਰੇ ਹੈਗੇ ਗਰੀਬ ਬੰਦੇ ਹੈਗੇ ਉਹਨਾਂ ਨੂੰ ਉਹਨਾਂ ਦੀ ਪੂਰੀ ਜੋ ਵੀ ਉਹਨਾਂ ਦਾ ਹੈਗਾ ਵਾ ਉਜਤ ਪੂਰੀ ਨਹੀਂ ਮਿਲਦੀ, ਬਹੁਤ ਘੱਟ ਪੈਸੇ ਮਿਲਦੇ ਆ ਉਹਨਾਂ ਦਾ, ਦਾਲੀ ਪਾਣੀ ਦਾਣਾ ਪਾਣੀ ਚੱਲ ਜੂਗਾ, ਨਾਲੇ ਉਹ ਖੜੇ ਪੜ ਸਮੇਂ ਹਾਜ਼ਰ ਹੋਣਗੇ, ਜੇ ਆਉਣਗੇ ਤਾਂ 4 ਰੁਪਈਏ ਔਰ ਗੋਲਕ ਚ ਵੀ ਪਾ ਕੇ ਜਾਣਗੇ। ਇਸ ਕਰਕੇ ਉਹਨਾਂ ਦਾ ਫੈਸਲਾ ਤਾਂ ਠੀਕ ਆ, ਇਹਨੂੰ ਹੁਣ ਅਮਲੀ ਜਾਮਾ ਮਿਲਦਾ ਕਿ ਨਹੀਂ ਮਿਲਦਾ, ਤੁਸੀਂ ਜੇ ਕਿਤੇ ਅੱਜ ਜਾਓ ਨਾ ਤੁਸੀਂ ਹਰ ਕੀ ਪੌੜੀ ਤੇ ਖੜ ਪੜ ਬੁੱਕ ਕਰਾਉਣਾ ਵਾ। ਅੱਛਾ ਜੀ, ਤੁਹਾਡਾ ਹਰ ਕੀ ਪੌੜੀ ਤੇ ਖੰਡ ਪਾਠ ਬੁੱਕ ਨਹੀਂ ਹੋ ਸਕਦਾ। ਅੱਛਾ ਜੀ, ਕਿਉਂਕਿ ਉੱਥੇ 20 ਸਾਲ ਕੇ 25 ਸਾਲ ਦੀ ਪਹਿਲੇ ਲਾਈਨ ਲੱਗੀ ਹੈ। ਫਾਰ ਐਗਜ਼ਾਮਪਲ ਅੱਜ 85 ਰੁਪਏ ਭੇਟਾ ਹੈਗੀ ਹੈ ਜੀ, ਜਿੱਦਣ ਤੁਹਾਡਾ ਖੰਡ ਪਟ 25 ਸਾਲ ਬਦਲਣਾ ਹੁਣ ਉਹਨਾਂ ਨੂੰ 20,000 ਭੇਟਾ ਹੋ ਜਾਣੀ ਹੈ। ਚਲੋ ਭੇਟਾ ਤਾਂ ਵੱਖਰੀ ਗੱਲ ਹੈ ਜੀ, ਉਹ ਕਹਿੰਦੇ ਬਾਕੀ ਪੈਸੇ ਕੌਣ ਦੇਊਗੇ ਸਾਨੂੰ ਜੀ, ਬਾਕੀ ਉਹਦੀ ਪੇਮੈਂਟ ਅਸੀਂ ਪੇਮੈਂਟ ਉਦੋਂ ਕਰਨੀ ਜਿਹੜੀ ਕਰਨੀ ਹੈ ਉਹਨਾਂ ਪਾਰਟੀਆਂ ਨੂੰ, ਉਹਦੇ ਹਿਸਾਬ ਨਾਲ ਕਰਨੀ ਅਸੀਂ ਜੀ ਜੀ। ਤੇ ਜੇ ਅੱਜ ਤੁਸੀਂ ਖੰਡ ਪਾਠ ਬੁੱਕ ਕਰਾਉਣਾ ਹੋਵੇ ਤਾਂ ਤੁਹਾਨੂੰ ਘੱਟੋ ਘੱਟ ਸੁਖਬੀਰ ਸਿੰਘ ਬਾਦਲ ਜਾਂ ਲੌਂਗੋਵਾਲ ਦੀ ਸਿਫਾਰਸ਼ ਚਾਹੀਦੀ, ਉਹਨੂੰ ਘੱਟ ਸਿਫਾਰਸ਼ ਨਹੀਂ ਚੱਲਣੀ ਉੱਥੇ, ਇਹਨਾਂ ਦਾ ਤਾਂ ਵੈਸੇ ਬਾਦਲ ਸਾਹਿਬ ਦਾ ਤਾਂ ਪੱਕਾ ਹੀ ਉੱਥੇ ਹੁੰਦਾ ਹੀ ਹੈ ਜੀ, ਮੈਨੂੰ ਲੱਗਦਾ ਲੜੀ ਨਹੀਂ ਉੱਥੇ, ਹਰ ਹਫ਼ਤੇ ਹੀ ਮਿਲਦਾ, ਲੜੀ ਨਹੀਂ ਟੁੱਟਦੀ, ਪਰ ਵੀ ਵੇਖੀ ਨਾ ਵੀ ਕੋਈ ਮਾਇਆ ਸ਼ਾਇਦ ਦਿੰਦੇ ਕੁਦੇ ਕਰੀ ਜਾਂਦੇ ਉੱਥੇ, ਪਾਸ ਜਾਂਦੇ ਆਪਣਾ ਇੱਕ ਬ੍ਰੇਕ ਲੈ ਲਈਏ, ਮਾਇਆ ਸ਼ਾਇਦ ਦਿੰਦਾ ਕਿ ਨਹੀਂ ਦਿੰਦੇ, ਆਪਾਂ ਬ੍ਰੇਕ ਲਓ, ਬ੍ਰੇਕ ਲਓ ਜੀ। ਹਾਂਜੀ, ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਜੀ, ਤੁਸੀਂ ਜਿਸ ਵਿਅਕਤੀ ਨੇ, ਵੀਰ ਨੇ ਰੇਡੀਓ ਪੰਜਾਬ ਟੂਡੇ ਦਾ ਕੋਈ ਵੀ ਪ੍ਰੋਗਰਾਮ ਸਪੋਂਸਰ ਕਰਨਾ, ਉਹ ਮੇਰੇ ਨਾਲ ਸੰਪਰਕ ਕਰ ਸਕਦੇ ਜੀ। ਫੋਨ ਨੰਬਰ ਆ 9780141741 9780141 ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। info@radiopunjabtoday ਦੇ ਉੱਤੇ ਵੀ ਮੇਲ ਕਰ ਸਕਦੇ ਹੋ। ਬਾਕੀ ਮੇਰੀ ਗੁਜ਼ਾਰਿਸ਼ ਹੈ ਜੀ, ਸਾਡੇ ਐਡਵਰਟੀਜ਼ਮੈਂਟਸ ਦੇ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਰੇਡੀਓ 'ਤੇ, ਫੇਸਬੁੱਕ ਪੇਜ 'ਤੇ, ਯੂਟਿਊਬ ਚੈਨਲ 'ਤੇ, ਵੈਬਸਾਈਟ ਦੇ ਉੱਤੇ, ਤਾਂ ਤੁਸੀਂ ਅਲੱਗ ਅਲੱਗ ਸਾਡੇ ਰੇਟਸ ਨੇ, ਇਹਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਹੁਣ ਇੱਕ ਬ੍ਰੇਕ ਲੈਂਦੇ ਜੀ, ਅਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਡੇ ਨਾਲ। ਪੱਟੀ ਸਾਹਿਬ ਤੋਂ ਬਾਅਦ ਸਾਡੇ ਨਾਲ ਜੁੜਨਗੇ ਨੀਲ ਭੁਲਿੰਦਰ ਜੀ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 661-797-2354। PGI
ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲੋ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੇਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 98142-32345, ਯਾਨੀ ਕਿ 9814232345। ਟਰੈਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਂਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ, ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ, ਦੋ ਪਰੌਂਠੇ ਸਿਰਫ 499 ਚ, ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ, ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ। 6615-8858-6518-885-8858। ਐਡਰੈਸ 2201 ਸਾਊਥ ਯੂਨੀਅਨ ਐਵੀਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਲਾਈਵ ਸੁਣ ਰਹੇ ਹੋ। ਆਪਣੇ ਪੱਟੀ ਸਾਹਿਬ, ਥੋੜ੍ਹੀਆਂ ਜਿਹੀਆਂ ਕ੍ਰਾਈਮ ਦੀਆਂ ਖਬਰਾਂ ਵੱਲ ਵੀ ਆ ਜਾਈਏ। ਧਰਮ ਕਰਮ ਦੇ ਨਾਲ ਨਾਲ ਕਹਿੰਦੇ ਧਰਮ ਕਰਮ ਵਾਲੇ ਸਥਾਨਾਂ ਤੇ ਵੀ ਕ੍ਰਾਈਮ ਹੋ ਰਿਹਾ ਜੀ, ਕਿੱਥੋਂ ਦੀ ਘਟਨਾ? ਬੜੀ ਮੰਦਭਾਗੀ ਘਟਨਾ ਜੀ। ਜੀ, ਭਗਵਾਨ ਮਾਲਵਿਕ ਦੇ ਮੰਦਿਰ ਦੀ ਘਟਨਾ ਵਾ, ਜਿੱਥੇ ਉਹਨਾਂ ਨੇ ਮਾਤਾ ਸੀਤਾ ਜੀ ਉਹਨਾਂ ਦੇ ਕੋਲੇ ਰਹੇ ਨੇ, ਉੱਥੇ ਲਵ ਕੁਛ ਰਹੇ ਨੇ, ਉਹ ਧਰਤੀ ਪਵਿੱਤਰ ਧਰਤੀ ਜਿੱਥੇ ਲਵ ਸੁੱਖ ਨੇ ਰਾਮ ਚੰਦਰ ਜੀ ਦਾ ਛੱਡਿਆ ਘੋੜਾ ਫੜਿਆ ਸੀਗਾ, ਏਡਾ ਪਵਿੱਤਰ ਸਥਾਨ ਹੋਵੇ। ਪਹਿਲੀ ਗੱਲ ਤੇ ਅਸੀਂ ਚਾਹੁੰਦੇ ਹਾਂ ਵੀ ਜਿਸ ਤਰੀਕੇ ਨੂੰ ਡਿਵੈਲਪਮੈਂਟ ਹੋਣੀ ਸੀ ਤੱਕ ਨਹੀਂ ਹੋ ਸਕੀ। ਜੇ ਭਗਵਾਨ ਵਾਲਮੀਕਿ ਜੀ ਤੁਸੀਂ ਭਲਵਾਂਗੇ ਮੰਨਦੇ ਹੋ ਤੇ ਫਿਰ ਉਹਦੀ ਭਗਵਾਨ ਵਰਗੇ ਪੂਜਾ ਕਰੋ, ਕਿਉਂ ਨੀ ਕਰਦੇ ਤੁਸੀਂ? ਹੁਣ ਉੱਥੇ ਦੋ ਔਰਤਾਂ ਆਈਆਂ ਕਿ ਮੱਥਾ ਟੇਕਣ ਵਾਸਤੇ ਜੀ, ਤੇ ਉਹਨਾਂ ਨੇ ਆ ਕੇ ਦੋ ਬੰਦਿਆਂ ਨੇ ਉਹਨਾਂ ਦੇ ਕਿੰਡਿਆਂ ਨੂੰ ਜਿਹੜਾ ਸੀ ਉੱਥੋਂ ਦੇ ਉਹਨਾਂ ਨੇ ਬਲਾਤਕਾਰ ਕੀਤਾ, ਕਮਰੇ ਚ ਰੱਖ ਕੇ ਉਹਨਾਂ ਨੂੰ। ਉਹਨਾਂ ਕਹਿੰਦੇ ਜੀ ਬਾਬੇ ਨੂੰ ਸ਼ਿਕਾਇਤ ਕਰਦੇ ਤੇ ਬਾਬੇ ਨੂੰ ਬਲਾਤਕਾਰ ਕਰਦੇ ਉਹਨਾਂ ਨਾਲ। ਦੱਸੋ, ਦੋ ਦਿਨ ਉਹਨਾਂ ਨੂੰ ਜਬਰੀ ਉੱਥੇ ਰੱਖਿਆ ਗਿਆ, ਬਲਾਤਕਾਰ ਲਗਾਤਾਰ ਕਰਦੇ ਰਹੇ, ਉੱਥੇ ਨਸ਼ੇ ਵੀ ਕਰਦੇ ਰਹੇ, ਸਭ ਕੁਛ ਕਰਦੇ ਰਹੇ। ਇਹਨਾਂ ਦਾ ਪਹਿਲਾ ਜਿਹੜਾ ਮੁਖੀ ਹੁੰਦਾ ਸੀ, ਜਿਹਨੂੰ ਉਹਨੇ ਇੱਕ ਵਾਰੀ ਪੱਤਰਕਾਰ ਕੇ ਸਵਾਲ ਪੁੱਛ ਲਿਆ ਜੀ ਬਾਬਾ ਜੀ ਤੁਹਾਡੇ ਤੇ ਇਲਜ਼ਾਮ ਲੱਗ, ਜਿਹੜੇ ਉਹਨੇ ਲਫ਼ਜ਼ ਵਰਤੇ ਸੀ ਉਹ ਮਰਿਆੜੀ ਉੱਤੇ ਨਹੀਂ ਵਰਤ ਸਕਦਾ ਜੀ, ਜੋ ਪੱਤਰਕਾਰ ਨੇ ਕਿਹਾ ਸੀਗਾ ਉਹ ਮੈਂ ਨੀ ਕਸਦਾ ਇੱਥੇ। ਇਹਦਾ ਮਤਲਬ ਉਹਦਾ ਕਿਰਦਾਰ ਵੀ ਓਦਾਂ ਦੇ ਸੀ, ਜਿਹੜੇ ਹੋਣ ਵਾਲੇ ਉਹਨਾਂ ਦੇ ਕਿਰਦਾਰ ਏਦਾਂ ਦਾ। ਤੁਸੀਂ ਦੋ ਔਰਤਾਂ ਨਾਲ ਬਲਾਤਕਾਰ ਕਰਦੇ ਰਹੇ ਹੋ ਜੀ, ਇੱਕ ਤੇ ਨਸ਼ੇ ਸੀ ਜੀ ਉਹਨਾਂ ਦੇ ਕਿਸੇ ਦੇ, ਇੱਕ ਦਾ ਮੋਬਾਈਲ ਕਾਬੂ ਆ ਗਿਆ, ਉਹਨੇ ਆਪਣੇ ਪਤੀ ਨੂੰ ਦੱਸਿਆ ਵੀ ਸਹੀ ਤੇ ਫਸੀਆਂ ਪਈ ਤੇ ਸਾਨੂੰ ਬਲਾਤਕਾਰ ਹੋਣਾ ਸਾਡੇ ਨਾਲ। ਉਹਦੇ ਪਤੀ ਨੇ ਫਿਰ ਜਿਹੜੇ ਸਾਡੇ ਤਰਸੇਮ ਸਿੰਘ ਸਿਆਲਕਾ ਇੱਥੇ ਜਿਹੜੇ ਐਸਸੀ ਕਮਿਸ਼ਨ ਦੇ ਮੈਂਬਰ ਨੇ ਉਹਨਾਂ ਨੇ ਨੋਟਿਸ ਲਿਆਂਦਾ ਜੀ। ਉਹਨਾਂ ਫਿਰ ਐਸ ਐਸ ਪੀ ਨੂੰ ਕਿਹਾ, ਐਸ ਐਸ ਪੀ ਨੇ ਸਾਡੀ ਡੀ ਐਸ ਪੀ ਅਮਨਦੀਪ ਕੌਰ ਉਹਨੂੰ ਭੇਜਿਆ, ਬੀਬੀ ਜੀ ਤੁਸੀਂ ਜਾਓ ਰੇਡ ਕਰੋ। ਰੇਡ ਕਰਕੇ ਉਹ ਔਰਤਾਂ ਵੀ ਬਰਾਮਦ ਕੀਤੀਆਂ ਗਈਆਂ, ਦੋ ਵਿਅਕਤੀ ਵੀ ਫੜ ਲੈ ਗਏ, ਉਹਨਾਂ ਦਾ ਮੈਡੀਕਲ ਵੀ ਕਰਾਇਆ ਗਿਆ, ਸਭ ਕੁਛ ਠੀਕ ਠੀਕ ਆਇਆ, ਪਰਚਾ ਵੀ ਦਰਜ ਕੀਤਾ ਗਿਆ। ਹੁਣ ਮੈਨੂੰ ਲੱਗਾ ਪਤਾ ਵੀ ਬਾਕੀ ਵੀ ਦੋ ਫੜ ਲੈ ਗਏ ਨੇ, ਤੇ ਜੇ ਉਹ ਜੇ ਧਰਮ ਕਰਮ ਕਰਨ ਵਾਲੇ ਬੰਦੇ ਉਹ ਜੇ ਪਵਿੱਤਰ ਸਥਾਨਾਂ ਤੇ ਇਹੋ ਜਿਹੇ ਕਾਰਜ ਕਰਨੇ, ਫਿਰ ਲੋਕ ਕਿੱਥੇ ਜਾਣ ਜੀ? ਦੱਸੋ, ਜੇ ਉਹ ਬੀਬੀਆਂ ਗਈਆਂ ਸੀ ਪਹਿਲਾਂ, ਤੁਸੀਂ ਇਤਿਹਾਸ ਤੇ ਦੇਖੋ ਇਹ ਕਿੰਨੀ ਇਤਿਹਾਸਕ ਧਰਤੀ ਆ। ਮਾਤਾ ਸੀਤਾ ਇੱਥੇ ਭਗਵਾਨ ਵਾਲਮੀਕਿ ਘੁਰ ਰਹੀ ਆ, ਉਹਨਾਂ ਦੇ ਦੋ ਬੇਟੇ ਰਹੇ ਨੇ, ਉਹਨਾਂ ਇੰਨੀ ਇੱਥੇ ਭਗਤੀ ਕੀਤੀ ਆ, ਉੱਥੇ ਸਿੱਖੇ ਨੇ, ਮੁੰਡੇ ਪ੍ਰਵਾਨ ਚੜੇ ਨੇ ਉਹ ਜੀ, ਜਿਹੜਾ ਜਾਗ ਵਿੱਚ ਘੋੜਾ ਛੱਡਿਆ ਸੀ, ਅਸਲ ਚੁੱਕ ਛੱਡਿਆ ਸੀ ਘੋੜਾ, ਰਾਮ ਚੰਦਰ ਨੇ ਉਹ ਫੜਿਆ, ਉਹਨਾਂ ਨੇ ਜੀ ਕੋਈ ਫੜ ਨੀ ਸਕਦਾ ਉਹਨੂੰ। ਤੇ ਅੱਜ ਦੀ ਡੇਟ ਦੇ ਵਿੱਚ ਹੁਣ ਉਹ ਚਰਚਾ ਦਾ ਵਿਸ਼ਾ ਵਾ, ਲੇਕਿਨ ਅਸੀਂ ਸੋਚਦੇ ਵੀ ਜਿਹੜੀਆਂ ਜਥੇਬੰਦੀਆਂ ਵਾਲਮੀਕ ਜਥੇਬੰਦੀਆਂ ਉਹ ਜ਼ਰੂਰ ਬੋਲਣ ਤੇ ਇਹਨਾਂ ਲੋਕਾਂ ਨੂੰ ਸਖ਼ਤ ਤੋਂ ਸਜ਼ਾ, ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਆ ਜੀ, ਤਾਂ ਕਿ ਅੱਗੇ ਤੋਂ ਇਹੋ ਜਿਹੀ ਘਟਨਾ ਉੱਥੇ ਨਾ ਕੋਈ ਵਾਪਰ ਸਕੇ। ਚਲੋ, ਤੇ ਬਾਕੀ ਫਿਰ ਆਪਾਂ ਜੇ ਦੂਜੇ ਪਾਸੇ ਚੱਲੀਏ ਤਾਂ
ਖਹਿਰਾ ਸਾਹਿਬ ਨਾਲ ਜਿਹੜਾ ਥਾਣੇਦਾਰ ਥੋੜਾ ਜਿਹਾ ਖੰਘਿਆ ਸੀ, ਉਹ ਕੀ ਬਣਿਆ ਜੀ ਉਹਦਾ? ਇਹ ਆਪਣੇ ਖਹਿਰਾ ਸਾਹਿਬ ਨੇ ਜੀ, ਇਹ ਵਿਧਾਇਕ ਜੀ ਪੱਟੀ ਦੇ, ਅੱਛਾ ਜੀ, ਗਿੱਲ ਸਾਹਿਬ, ਅੱਛਾ ਜੀ, ਗਿੱਲ ਸਾਹਿਬ ਨੇ ਇੱਕ ਨਵਦੀਪ ਸਿੰਘ ਐਸ ਐਚ ਓ ਸੀਗਾ ਬਦਲ ਕੇ ਆਇਆ ਉਹ ਤਹਿਰੀਕ ਤੇ ਜਿਹੜੀ ਉਹ ਵਾਇਰਲ ਆਜੀ ਹੋਈ ਸੀ, ਸਾਰਿਆਂ ਸੁਣੀ ਸੀ ਉਹਦੀ, ਤੇ ਉਹਨੇ ਧਮਕੀਆਂ ਦਿੱਤੀਆਂ ਸੀ ਵੀ ਤੂੰ ਐਸੋਸੀਏਟ ਕਰ ਲੈਂਗੇ ਮੇਰੇ ਤੋਂ ਵਗੈਰਾ ਕੇ। ਉਹਨੇ ਅੱਗੋਂ ਕੋਈ ਕਮੈਂਟ ਨਹੀਂ ਸੀ ਕੀਤਾ, ਤੇ ਉਹਨੇ ਇੱਕ ਫੇਸਬੁੱਕ ਬਣਾ ਕੇ ਆਪਣੀ ਫੇਸਬੁੱਕ ਤੇ ਪਾਤਾ ਜੀ। ਉਹ ਜਿਹੜੀ ਆਜੀ ਉਹ ਵਾਇਰਲ ਹੋ ਗਈ ਤੇ ਇਹਨਾਂ ਨੇ ਫਿਰ ਜਿਹੜੀ ਸੀ ਮਰਿਆਦਾ ਕਮੇਟੀ ਕੋਲ ਸ਼ਿਕਾਇਤ ਕੀਤੀ ਜਾ ਕੇ ਜੀ, ਵੀ ਇਹਨੇ ਐਸ ਐਚ ਓ ਨੇ ਜੋ ਵੀ ਕੀਤਾ ਗਲਤ ਕੀਤਾ ਤੇ ਇਸ ਲਈ ਕਾਰਵਾਈ ਕੀਤੀ ਜਾਵੇ। ਸਪੀਕਰ ਦੇ ਆਦੇਸ਼ਾਂ ਦੀ ਮਰਿਆਦਾ ਕਮੇਟੀ ਦੇ ਅਨੁਸਾਰ ਇਹਨੇ ਮੰਗ ਕੀਤੀ ਆ ਹਰਮਿੰਦਰ ਗਿੱਲ ਨੇ ਵੀ ਇਹਨੇ ਆਪਣੀ ਜਿਹੜੀ ਸੱਤਾ ਆਪਣੀ ਅਹੁਦੇ ਦੀ ਦੁਰਵਰਤੋਂ ਕੀਤੀ ਆ ਤੇ ਇਹਨੂੰ ਡਿਸਮਿਸ ਕੀਤਾ ਜਾਵੇ ਅਹੁਦੇ ਤੋਂ। ਅੱਛਾ ਜੀ। ਹਾਲ ਦੀ ਘੜੀ ਉਸ ਥਾਣੇਦਾਰ ਦਾ ਤਬਾਦਲਾ ਜਿਹੜਾ ਵਾ ਹਰੀਕੇ ਤੋਂ ਜਿਹੜਾ ਵਾ ਉਹ ਕਰ ਦਿੱਤਾ ਗਿਆ ਵਾ ਲਾਈਨ ਦੇ ਵਿੱਚ ਜੀ। ਚਲੋ ਤਬਾਦਲੇ ਤੇ ਪੁਲਿਸ ਹੁੰਦੇ ਰਹਿੰਦੇ ਆ, ਲੇਕਿਨ ਮੈਂ ਸੋਚਦਾ ਵੀ ਵਿਧਾਇਕ ਸਾਹਿਬ ਨੂੰ ਜ਼ਰੂਰ ਆਪਣੀ ਪੀੜ੍ਹੀ ਥੱਲੇ ਸੋਟਾ ਨੀ ਡਾਂਗ ਫੇਰਨੀ ਚਾਹੀਦੀ ਆ ਜੀ, ਵੀ ਜਿਹੜੀ ਕਰਤੂਤ ਤੁਸੀਂ ਘੋਲੀ ਉਹ ਚੰਗੀ ਘੋਲੀ ਤੁਸੀਂ। ਦੋ ਦਿਨ ਪਹਿਲਾਂ ਤੁਹਾਡਾ ਉਹ ਬੀਬੀ ਨਾਲ ਰੌਲਾ ਪੈਣ ਡਿਆ ਤੇ ਜਿਹਦੇ ਤੁਹਾਡਾ ਐਸ ਐਚ ਓ ਨਾਲ ਪੈਣ ਡਿਆ ਵਾ। ਇਸ ਕਰਕੇ ਇੱਕ ਵਿਧਾਇਕ ਜਿਹੜਾ ਹੁੰਦਾ ਉਹ ਆਪਣੇ ਹਲਕੇ ਦਾ ਚਿਹਰਾ ਮੋਹਰਾ ਹੁੰਦਾ ਵਾ ਜੀ, ਉਹਨੇ ਲੋਕਾਂ ਦੀ ਅਗਵਾਈ ਕਰਨੀ ਹੁੰਦੀ ਆ ਤੇ ਜੇ ਤੁਸੀਂ ਪੁਲਿਸ ਵਾਲੇ ਦਬਕੇ ਮਾਰੋਗੇ ਤੇ ਇਹ ਤੁਹਾਡੇ ਵਾਸਤੇ ਚੰਗੀ ਗੱਲ ਨੀ। ਪਠਾਨਕੋਟ ਤੋਂ ਇੱਕ ਗੁਰਦਿਆਲ ਸਿੰਘ ਨਾਂ ਦਾ ਸਾਬਕਾ ਪੁਲਿਸ ਅਧਿਕਾਰੀ ਆ, ਉਹਨੇ ਬਕਾਇਦਾ ਤੌਰ ਤੇ ਚੇਤਾਵਨੀ ਦਿੱਤੀ ਆ ਵੀ ਅਸੀਂ ਫੈਸਲਾ ਕਰ ਲਿਆ ਵੀ ਤੇਰੇ ਖਿਲਾਫ਼ ਅਸੀਂ ਹਾਈਕੋਰਟ ਜਾਵਾਂਗੇ ਜੀ, ਤੈਨੂੰ ਅਸੀਂ ਵਿਧਾਇਕ ਨੀ ਰਹਿਣ ਦੇਵਾਂਗੇ ਜੀ, ਤੂੰ ਕਾਨੂੰਨੀ ਕਾਨੂੰਨ ਲਾਗੂ ਕਰਨ ਦੀ ਦਖਲਅੰਦਾਜ਼ੀ ਕੀਤੀ ਆ। ਜੇ ਉਹਨੇ ਬਲਬੀਰ ਸਿੰਘ ਨੂੰ ਕਿਹਾ ਸੱਚ ਉਹਨੇ ਵੀ ਨਹੀਂ ਆਪਾਂ ਗਲਤ ਕੰਮ ਨੀ ਕਰਨਾ, ਉਹਨੇ ਮਨ ਮਾੜਾ ਕੀ ਕੀਤਾ ਜੀ। ਇਸ ਕਰਕੇ ਵਿਧਾਇਕ ਸਾਹਿਬ ਜਿੰਨੀ ਵੀ ਗੱਲ ਵਧਾਉਣਗੇ ਇਹਨਾਂ ਦੇ ਖਿਲਾਫ਼ ਹੀ ਜਾਣੀ ਆ। ਉਹ ਥਾਣੇਦਾਰ ਦਾ ਤਾਂ ਕੀ ਬਣਨਾ ਕੀ ਨਹੀਂ ਬਣਨਾ, ਜਿਹੜਾ ਹੋ ਗਿਆ ਬਾਕੀ ਕੀ ਹੋਣਾ ਕੀ ਨਹੀਂ ਹੋਣਾ। ਲੇਕਿਨ ਜੇ ਕਿਤੇ ਉਹ ਪੈਨਸ਼ਨਰ ਉੱਠ ਪਏ ਉਹਨਾਂ ਕੇਸ ਸੁਪਰੀਮ ਕੋਲ ਹਾਈ ਕੋਰਟ ਚ ਕਰ ਦਿੱਤਾ ਤੇ ਐਮ ਐਲ ਏ ਦੀ ਜਿਹੜੀ ਉਹ ਇੱਕ ਨਵਾਂ ਸੰਕਟ ਖੜਾ ਹੋ ਜਾਏਗਾ ਜੀ। ਸੋ ਜਲਦੀ ਨਾਲ ਫਿਰ ਆਪਾਂ ਗੱਲ ਕਰ ਲਈਏ ਤਾਂ ਬੀਬੀ ਹਰਸਿਮਰ ਕੌਰ ਬਾਦਲ ਨੇ ਤਾਂ ਬਿਆਨ ਆਇਆ ਸੀਗਾ ਕਿ ਜਿਹੜਾ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਹੈ ਉਹ ਕਹਿੰਦੇ ਬਿਲਕੁਲ ਲੰਘੇਗਾ ਵਿੱਚ ਦੀ ਤੇ, ਪਰ ਗੁਰੂ ਲੰਮੀ ਗੱਲ ਆਪਣੀ ਕੱਲ ਨੂੰ ਕਰਦੇ ਹਾਂ ਜੀ, ਇਹਨੂੰ ਕੱਲ ਨੂੰ ਕਰਦੇ ਹਾਂ। ਹਾਂਜੀ, ਤੁਸੀਂ ਹੋਰ ਕੋਈ ਗੱਲ ਕਰਨੀ ਕਰ ਲਓ, ਕੱਲ ਕਰ ਲਓ। ਚਲੋ ਫਿਰ ਮੈਂ ਤੁਹਾਡੇ ਤੋਂ ਇਜਾਜ਼ਤ ਹੀ ਲੈ ਲੈਂਦਾ ਜੀ, ਫਿਰ ਤਾਂ ਸਿੱਖਿਆ ਬੋਰਡ ਦੇ ਚੇਅਰਮੈਨ ਦੀ ਗੱਲ ਕਰ ਦਿਓ ਜੀ ਫਿਰ। ਸਿੱਖਿਆ ਬੋਰਡ ਦਾ ਚੇਅਰਮੈਨ ਲਿਖਿਆ ਜੋ ਪਿਛਲੇ 2 ਸਾਲ ਤੋਂ ਕੋਈ ਲਗਾਇਆ ਨਹੀਂ ਗਿਆ ਜੀ। ਉਹਦੇ ਸੈਕਟਰੀ ਨੂੰ ਜਿਹੜਾ ਸੀ ਉਹਦਾ ਉਹਦੇਤਾ ਚਾਰਜ ਤੋਂ ਲੈ ਲਾ, ਟੈਂਪਰੇਰੀ ਚਾਰਜ ਤੋਂ ਲੈ ਲਾ ਜੀ, 700 ਤੇ ਸਮਤੇ ਕਿੰਨੀਆਂ ਅਸਾਮੀਆਂ ਜਿਹੜੀਆਂ ਪਿਛਲੇ ਸਾਲ ਖਤਮ ਕਰ ਦਿੱਤੀਆਂ ਤੇ ਐਤਕੀ 248 ਅਸਾਮੀਆਂ ਐਤਕੀ ਸਰਕਾਰ ਨੇ ਖਤਮ ਕਰ ਦਿੱਤੀਆਂ। ਦੂਜੇ ਪਾਸੇ ਰੁਜ਼ਗਾਰ ਦੇਣ ਦੀ ਗੱਲ ਕਰਦੀ ਸਰਕਾਰ ਜੀ, ਕਿੱਥੇ ਹੈ ਤੁਹਾਡਾ ਰੁਜ਼ਗਾਰ, ਕਿੱਥੇ ਹੈ ਤੁਹਾਡੀਆਂ ਸਕੀਮਾਂ ਜੀ। ਜੇ ਤੁਸੀਂ ਸਾਮੀਆਂ ਜਿਹੜੇ ਬਾਦਲ ਸੀਗੇ ਉਹਨਾਂ ਕੋਸ਼ਿਸ਼ ਕੀਤੀ ਸੀ ਸਕੂਲ ਜਿਹੜੇ ਸੀ ਬੰਦ ਕਰਨ ਦੀ, ਲੇਕਿਨ ਰੌਲਾ ਪੈ ਗਿਆ ਉਹਨਾਂ ਬੰਦ ਨਹੀਂ ਸੀ ਕੀਤੇ ਜੀ। ਲੇਕਿਨ ਇਹਨਾਂ ਨੇ ਆਉਂਦਿਆਂ 600 ਸਕੂਲ ਬੰਦ ਕਰਤਾ, ਹੁਣ 700 ਪਿਛਲੀ ਵਾਰੀ ਸਾਮੀਆਂ ਖਤਮ ਕਰਤੀਆਂ, 248 ਐਤਕੀ ਖਤਮ ਕਰਤੀਆਂ ਜੀ। ਤੇ ਭਾਈ ਕਿਉਂ ਨੀ ਤੁਸੀਂ ਨਿੱਜੀ ਕੰਪਨੀ ਸਭ ਕੁਝ ਦੇ ਦਿੰਦੇ? ਪਹਿਲਾਂ ਤੁਸੀਂ ਕਹਿੰਦੇ ਰਹੇ ਵੀ ਜਿੰਨਾ ਚਿਰ ਬੱਚੇ ਆ ਨਹੀਂ ਪੜੇ ਆਨਲਾਈਨ ਪੜੇ ਪੜੇ ਤੁਸੀਂ ਕੋਈ ਫੀਸ ਨਹੀਂ ਲਏਗਾ ਜੀ। ਮੁੜ ਕੇ ਤੁਸੀਂ ਕਹਿਤਾ ਜੀ ਆਨਲਾਈਨ ਫੀਸ ਲੈ ਲਓ, ਟਿਊਸ਼ਨ ਫੀਸ ਲੈ ਲਓ ਆਪਣੀ ਤੁਸੀਂ, ਜੇ ਟਿਊਸ਼ਨ ਫੀਸ ਲੱਗੀ ਬਾਕੀ ਕੀ ਰਹਿ ਗਏ ਉਹਨਾਂ ਦਾ? ਬਿਲਕੁਲ ਜੀ ਬਿਲਕੁਲ। ਇਸ ਕਰਕੇ ਸਰਕਾਰ ਜਿਹੜੀ ਆ ਉਹਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ। ਤੁਹਾਡੇ ਰਾਜ ਦੇ ਵਿੱਚ ਜਿਹੜੀਆਂ ਨਜਾਇਜ਼ ਫੈਕਟਰੀਆਂ ਜਾਲੀ ਸ਼ਰਾਬੀਆਂ ਚੱਲ ਰਹੀਆਂ ਨੇ ਜੀ, ਚੋਰੀਆਂ ਹੋ ਰਹੀਆਂ ਨੇ, ਜਿਹੜੇ ਨਸ਼ਿਆਂ ਨੂੰ ਰੋਕਣ ਵਾਲੇ ਜਿਹੜੇ ਪਹਿਲਵਾਨ ਨੇ ਉਹ ਮਾਰੇ ਜਾ ਰਹੇ ਨੇ। ਕੱਲ ਵੀ ਇੱਕ ਕੁਲਵਿੰਦਰ ਮੁੰਡਾ ਫਿਰੋਜ਼ਪੁਰ ਮਾਰਿਆ ਗਿਆ ਜਿਹੜੇ ਨਸ਼ਿਆਂ ਨੂੰ ਰੋਕਣ ਵਾਲੇ ਸੀਗੇ। ਇਹੋ ਜੇ ਮਾਫੀਆ ਜੇ ਸਰਗਰਮ ਆ ਤੇ ਲੋਕੀ ਕਿਵੇਂ ਸਰਵਾਈਵ ਕਰਨਗੇ? ਫਿਰ ਤੁਸੀਂ ਸਰਕਾਰ ਕਿੱਥੇ ਹੈ? ਕਿਉਂ ਨੀ ਕਾਰਵਾਈ ਕਰਦੀ ਉਹਨਾਂ ਦੇ ਖਿਲਾਫ਼ ਜੀ? ਇਸ ਕਰਕੇ ਸਰਕਾਰ ਨੂੰ ਚਾਹੀਦਾ ਵਾ ਵੀ ਇਹ ਚੇਅਰਮੈਨ ਲੱਗਦਾ ਉਹਨਾਂ ਵਿਚਾਰ ਵਟਾਂਦਰਾ ਕਰਦੇ ਫਿਰ ਫੈਸਲਾ ਕਰਦੇ ਵੀ ਅਸਾਮੀਆਂ ਭਰਨੀਆਂ ਇਹਨਾਂ ਦਾ ਕੀ ਨੀ ਕਰਨਾ ਕੀ ਨਾ, ਜੇ ਰੁਜ਼ਗਾਰ ਦੇਣਾ ਤੇ ਅਸਾਮੀਆਂ ਭਰਨੀਆਂ ਪੈਣਗੀਆਂ ਜੀ। ਤੇ ਤੁਸੀਂ ਜੇ ਖਤਮ ਕਰਨ ਤੇ ਆਇਓ, ਅਸੀਂ ਇਹ ਚਾਹੁੰਦੇ ਵੀ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਵੀ ਘੱਟ ਘਟਾ ਕੇ 100 ਦੀ ਲੋੜ ਨੀ ਜਿਹੜੀਆਂ ਸਾਰਾ ਰਹਿਣ ਦਿਓ, ਕਾਹਨੂੰ ਖਰਚਾ ਪਾਇਆ ਤੁਸੀਂ ਉੱਥੇ ਜੀ ਜੀ।
ਜੀ ਮਿਹਰਬਾਨੀ ਜੀ ਤੁਹਾਡੀ ਤੇ ਹੁਣ ਧੰਨਵਾਦ ਤੇ ਹੁਣ ਆਪਾਂ ਨੀਲ ਭਲਿੰਦਰ ਜੀ ਨਾਲ ਅੱਗੇ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਤੇ ਮੈਨੂੰ